ਪੰਜਾਬ ਦੇ ਨੌਜਵਾਨਾਂ ਦੇ ਰੁਜ਼ਗਾਰ ਦੀ ਇੰਨੀ ਫਿਕਰ ਕਿਉਂ? ਜਿਹੜੇ ਬੱਚੇ ਜਿਹੜੇ ਬੰਦੇ ਨਹੀਂ ਅਸੀਂ ਅਫੋਰਡ ਕਰ ਸਕਦੇ ਕਿ ਉਹ ਪੈਸਾ ਲਾ ਸਕਣ, ਉਹਨਾਂ ਨੂੰ ਅਸੀਂ ਆਪ ਆਪਣੇ ਕੋਲੋਂ ਲਾ ਕੇ ਦੇ ਸਕਦੇ। ਜਿਹੜੇ ਬੱਚੇ ਇੱਥੋਂ 30-30 ਲੱਖ ਰੁਪਇਆ ਲਾ ਕੇ ਬਾਹਰ ਜਾ ਕੇ ਉਹ ਛੋਟੀਆਂ ਛੋਟੀਆਂ ਕੰਮ ਕਰਦੇ ਨੇ, ਇੱਥੇ ਰੁਜ਼ਗਾਰ ਹੀ ਮਿਲੇ ਅਤੇ ਥੋੜ੍ਹੇ ਪੈਸਿਆਂ 'ਚ ਉਹਨਾਂ ਦਾ ਕੰਮ ਚੱਲ ਜਾਵੇ। ਖਾਣ ਪੀਣ ਇੰਨਾ ਵਧੀਆ ਦੇ ਰਹੇ ਅਸੀਂ, ਇਹਨਾਂ ਤੋਂ ਇੱਕ ਪੈਸਾ ਨਹੀਂ ਲੈ ਰਹੇ ਅਸੀਂ। ਜਿੰਨਾ ਕੁ ਇੱਥੋਂ ਆਉਂਦੀ ਇਨਕਮ ਉਹ ਪਲੱਸ ਆਪਣੇ ਕੋਲ ਪਾ ਕੇ ਅਸੀਂ 10,000 ਰੁਪਇਆ ਪਰ ਬੱਚੇ 'ਤੇ ਸਾਡਾ ਖਰਚ ਹੋ ਰਿਹਾ ਇੰਕਲੂਡਿੰਗ ਰੈਂਟ। ਸਰਦਾਰਨੀ ਮਾਨ ਕੌਰ ਜਿਹਨਾਂ ਨੇ 8 ਰਿਕਾਰਡ ਜਿਹੜੇ ਨੇ ਉਹਨਾਂ ਨੇ ਆਪਣੇ ਨਾਮ ਦਰਜ ਕਰਾਏ ਸਨ ਅਤੇ ਉਹਨਾਂ ਨੂੰ ਪ੍ਰੈਜੀਡੈਂਟ ਅਵਾਰਡ ਵੀ ਮਿਲਿਆ ਸੀਗਾ। ਦੋ ਵਰਲਡ ਰਿਕਾਰਡ ਕਾਇਮ ਕੀਤੇ ਉਹਨਾਂ ਨੇ 100 ਮੀਟਰ 200 ਮੀਟਰ ਦੇ ਵਿੱਚ। ਮੇਰੇ ਕੋਲ ਮੋਰ ਦੈਨ 90 ਮੈਡਲਸ ਨੇ, ਏਸ਼ੀਆ ਦੇ ਵਿੱਚ ਮੇਰਾ ਰੈਂਕ ਨੰਬਰ 1 ਹੈ। ਕਿੰਨੇ ਬੱਚੇ ਨੇ ਤੁਹਾਡੇ ਕੋਲ? ਪਹਿਲੇ 4 ਬੱਚੇ ਨੇ, 4 ਸਟੇਟ ਲੈਵਲ ਦੇ ਗੋਲਡ ਮੈਡਲਿਸਟ ਨੇ। ਪ੍ਰੋਬਾਇਓਟਿਕ ਡਰਿੰਕ ਹੈ ਉਹ, ਅਸੀਂ ਇੱਥੇ ਲੋਕਾਂ ਨੂੰ ਵੀ ਕਹਿੰਦੇ ਵੀ ਤੁਸੀਂ ਆਪਣੇ ਘਰ ਜਮਾਉਣਾ ਸ਼ੁਰੂ ਕਰੋ। ਅਸੀਂ ਕਿੰਨੇ ਲੋਕਾਂ ਨੂੰ ਫ੍ਰੀ ਵੰਡਿਆ, ਜਦ ਕਿ $25 ਦਾ ਇੱਕ ਚਮਚਾ ਮਿਲਦਾ ਕੈਨੇਡਾ ਦੇ ਵਿੱਚ, ਅਸੀਂ ਇੱਥੇ ਲੋਕਾਂ ਨੂੰ ਫ੍ਰੀ ਵੰਡ ਰਹੇ ਹਾਂ। 4 ਵਜੇ ਉੱਠਦਾ, 4 ਵਜੇ ਉੱਠ ਕੇ ਤਿਆਰੀ ਕਰਨੀ ਹੁੰਦੀ ਹੈ, ਸਾਰਾ ਕੀਫਰ ਵਗੈਰਾ ਪੁੰਨਾ ਹੁੰਦਾ, ਲੈ ਕੇ ਆਉਣਾ ਹੁੰਦਾ। ਬਰਫ਼ ਨਹੀਂ ਪਾਉਂਦੇ ਅਸੀਂ ਨਾਲ, ਅਸੀਂ ਕੀ ਕਰਦੇ ਹਾਂ ਕੰਨੇ ਦੇ ਰਸ ਦਾ ਕਿਊਬ ਜਮਾ ਕੇ ਰੱਖੇ ਨੇ, ਉਹ ਕਿਊਬ ਹੀ ਪਾ ਦਿੰਦੇ ਹਾਂ ਜਿਹਨੂੰ ਜਿਹੜਾ ਕਹਿੰਦੇ ਮੈਨੂੰ ਠੰਡਾ ਚਾਹੀਦਾ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ TV ਤੁਸੀਂ ਵੇਖ ਰਹੇ ਹੋ, ਮੈਂ ਪਰਮ ਸਿੰਘ। ਜਦੋਂ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਚੱਲਦੀ ਹੈ ਤਾਂ ਬੜੇ ਲੋਕ ਉਕਸੁਕਤਾ ਰੱਖਦੇ ਨੇ ਵੀ ਕਿੱਥੇ ਗੱਲ ਹੋ ਰਹੀ ਹੈ ਅਤੇ ਕਿਉਂ ਹੋ ਰਹੀ ਹੈ ਔਰ ਕਿਸ ਤਰੀਕੇ ਨਾਲ ਹੋ ਰਹੀ ਹੈ। ਅੱਜ ਅਸੀਂ ਸੈਕਟਰ 36 ਦੇ ਫਰੈਗਰੈਂਸ ਪਾਰਕ ਦੇ ਸਾਹਮਣੇ ਖੜ੍ਹੇ ਹਾਂ ਔਰ ਸਰਦਾਰਨੀ ਮਾਨ ਕੌਰ ਜਿਹਨਾਂ ਨੇ 93 ਸਾਲ ਦੀ ਉਮਰ ਦੇ ਵਿੱਚ ਦੌੜਾਕ ਦੇ ਤੌਰ 'ਤੇ ਮੁਕਾਬਲਿਆਂ ਦੇ ਵਿੱਚ ਭਾਗ ਲੈਣਾ ਸ਼ੁਰੂ ਕੀਤਾ ਸੀ ਅਤੇ 105 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦੇਹਾਂਤ ਹੋਇਆ ਔਰ 8 ਰਿਕਾਰਡ ਜਿਹੜੇ ਨੇ ਉਹਨਾਂ ਨੇ ਆਪਣੇ ਨਾਮ ਦਰਜ ਕਰਾਏ ਸਨ। ਇੱਕ ਇਸ ਉਮਰ ਦੇ ਵਿੱਚ ਆ ਕੇ ਜਦੋਂ ਚੱਲਣਾ ਵੀ ਲੋਕਾਂ ਨੂੰ ਔਖਾ ਲੱਗਦਾ, ਉਸ ਉਮਰ ਦੇ ਵਿੱਚ ਬੀਬੀ ਜੀ ਹੋਣਾ ਨੇ ਦੌੜਨਾ ਸ਼ੁਰੂ ਕੀਤਾ ਸੀ ਅਤੇ ਵੱਡੇ ਵੱਡੇ ਰਿਕਾਰਡ ਜਿਹੜੇ ਨੇ ਉਸ ਉਮਰ ਦੇ ਵਿੱਚ ਬਣਾਏ ਸਨ। ਤਾਂ ਉਹਨਾਂ ਦੇ ਸਪੁੱਤਰ ਗੁਰਦੇਵ ਸਿੰਘ ਮਾਨ ਉਹਨਾਂ ਨੇ ਵੀ ਇੱਕ ਬੀੜਾ ਚੁੱਕਿਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ, ਤਰੀਕਾ ਵਧੀਆ ਔਰ ਕਿਸ ਤਰੀਕੇ ਦੇ ਨਾਲ ਉਹ ਰੁਜ਼ਗਾਰ ਦੇਣਾ ਚਾਹੁੰਦੇ ਨੇ, ਕੀ ਸੋਚਦੇ ਨੇ, ਕਿਉਂ ਇੰਨੀ ਕਹਿ ਸਕਦੇ ਕਿ ਫਿਕਰ ਕਰਦੇ ਨੇ ਪੰਜਾਬ ਦੇ ਨੌਜਵਾਨਾਂ ਦੀ ਵੀ ਉਹਨਾਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ। ਅਸੀਂ ਅੱਜ ਇੱਥੇ ਮੌਜੂਦ ਹਾਂ। ਬਾਪੂ ਜੀ ਹੁਣਾਂ ਨੇ ਇੱਕ ਸੈਟਅਪ ਸ਼ੁਰੂ ਕੀਤਾ ਹੈਲਥ ਫੂਡਸ, ਸਰਦਾਰਨੀ ਮਾਨ ਕੌਰ ਹੈਲਥ ਫੂਡਸ ਦੇ ਨਾਮ 'ਤੇ ਔਰ ਇਹ ਸੈਟਅਪ ਜਿਹੜਾ ਇਹਨਾਂ ਨੇ ਲਗਾਇਆ ਔਰ ਪਿੱਛੇ ਇੱਕ ਵੀਰ ਵੀ ਮੌਜੂਦ ਹੈ ਜਿਹੜੇ ਕਿ 400 ਮੀਟਰ ਦੌੜ ਦੇ ਵਿੱਚ ਤਿਆਰੀ ਕਰ ਰਹੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਜਗ੍ਹਾ ਮੁਕਾਬਲੇ ਕਰ ਚੁੱਕੇ ਨੇ ਅਤੇ ਅਗਲੇ ਮੁਕਾਬਲਿਆਂ ਲਈ ਤਿਆਰੀਆਂ ਚੱਲ ਰਹੀਆਂ ਨੇ। ਬਾਪੂ ਗੁਰਦੇਵ ਸਿੰਘ ਜੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਾਂਗੇ। ਪਹਿਲਾਂ ਕਰਦੇ ਹਾਂ ਬਾਪੂ ਜੀ ਹੁਣਾਂ ਦਾ ਸਵਾਗਤ, ਕਿਉਂਕਿ ਇਹਨਾਂ ਨੇ ਵੀ ਵੱਡੇ ਵੱਡੇ ਰਿਕਾਰਡ ਤੋੜੇ ਨੇ, ਆਪਣੇ ਨਾਮ ਵੱਡੇ ਵੱਡੇ ਇਨਾਮ ਜਿਹੜੇ ਨੇ ਰਿਕਾਰਡ ਬਣਾ ਕੇ ਇਹਨਾਂ ਨੇ ਵੀ ਦਰਜ ਕੀਤੇ ਨੇ, ਸੋ ਇਹਨਾਂ ਨਾਲ ਗੱਲਬਾਤ ਕਰਾਂਗੇ। ਬਾਪੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਕਿੱਦਾਂ ਜੀ? ਠੀਕ ਠਾਕ? ਵਧੀਆ ਵਧੀਆ। ਬਾਪੂ ਜੀ ਇੰਨੇ ਰਿਕਾਰਡ ਬੀਬੀ ਜੀ ਹੁਣਾਂ ਨੇ ਬਣਾਏ, ਉਸ ਤੋਂ ਬਾਅਦ ਤੁਸੀਂ ਬਣਾਏ, ਕਿੱਦਾਂ ਦਾ ਮਹਿਸੂਸ ਕਰਦੇ ਹੋ ਔਰ ਤੁਹਾਨੂੰ ਪੰਜਾਬ ਦੇ ਨੌਜਵਾਨਾਂ ਦੇ ਰੁਜ਼ਗਾਰ ਦੀ ਇੰਨੀ ਫਿਕਰ ਕਿਉਂ? ਦੇਖੋ ਗੱਲ ਇਸ ਤਰ੍ਹਾਂ ਜੀ, ਮੈਂ ਮਹਿੰਦਰਾ ਕਾਲਜ ਤੋਂ ਪਟਿਆਲੇ ਤੋਂ ਪੜ੍ਹਿਆ ਹੋਇਆ, ਗ੍ਰੈਜੂਏਟ ਹਾਂ। ਉਸ ਤੋਂ ਬਾਅਦ ਮੈਂ ਕੈਨੇਡਾ ਦਾ ਇਮੀਗ੍ਰੈਂਟ ਹਾਂ ਜੀ, ਅਤੇ ਲੇਕਿਨ ਉੱਥੋਂ ਛੱਡ ਕੇ ਹੁਣ ਮੈਂ ਇੱਥੇ ਆ ਗਿਆ, ਉੱਥੇ ਨਹੀਂ ਰਹਿਣਾ। ਮੇਰੇ ਬੱਚੇ ਦੋਨੇ ਬਾਹਰ ਨੇ, ਬਹੁਤ ਵਧੀਆ ਉਹਨਾਂ ਦੇ ਕੰਮ ਕਾਰ ਚੱਲ ਰਹੇ ਨੇ। ਅਸੀਂ ਚਾਹੁੰਦੇ ਹਾਂ ਕਿ ਜਿਹੜੇ ਬੱਚੇ ਇੱਥੋਂ 30-30 ਲੱਖ ਰੁਪਇਆ ਲਾ ਕੇ ਬਾਹਰ ਜਾ ਕੇ ਉਹ ਛੋਟੀਆਂ ਛੋਟੀਆਂ ਕੰਮ ਕਰਦੇ ਨੇ, ਭਾਂਡੇ ਮਾਂਜਦੇ, ਹੋਟਲਾਂ 'ਚ ਜਾ ਕੇ ਹੋਰ ਕਰਦੇ ਨੇ, ਟੋਇਲਟ ਸਾਫ਼ ਕਰਦੇ ਨੇ, ਏਅਰਪੋਰਟਾਂ ਦੇ ਕੰਮ ਕਰਦੇ ਨੇ, ਉਹਨਾਂ ਨੂੰ ਇੱਥੇ ਰੁਜ਼ਗਾਰ ਹੀ ਮਿਲੇ ਅਤੇ ਥੋੜ੍ਹੇ ਪੈਸਿਆਂ 'ਚ ਉਹਨਾਂ ਦਾ ਕੰਮ ਚੱਲ ਜਾਵੇ।
ਜਿਹੜੇ ਬੱਚੇ ਜਿਹੜੇ ਬੰਦੇ ਨਹੀਂ ਅਸੀਂ ਅਫੋਰਡ ਕਰ ਸਕਦੇ ਕਿ ਉਹ ਪੈਸਾ ਲਾ ਸਕਣ, ਉਹਨਾਂ ਨੂੰ ਅਸੀਂ ਆਪ ਆਪਣੇ ਕੋਲੋਂ ਲਾ ਕੇ ਦੇ ਸਕਦੇ। ਮੇਰੇ ਬੱਚੇ ਇੰਨਾ ਅਫੋਰਡ ਕਰ ਸਕਦੇ ਨੇ ਵੀ ਉਹ ਕੁਛ ਪੰਜ ਚਾਰ ਯੂਨਿਟ ਇਹੋ ਜਿਹੇ ਲਾ ਕੇ ਬੱਚਿਆਂ ਨੂੰ ਦਿੱਤੇ ਜਾਣ। ਦੋ ਬੱਚੇ ਕੰਮ ਕਰਨਗੇ, ਇਕੱਲੇ ਇਕੱਲੇ ਬੱਚੇ ਨੂੰ ਮੈਂ ਗਰੰਟੀ ਕਰਦਾ 15-15 20-20 ਹਜ਼ਾਰ ਰੁਪਇਆ ਉਹਨਾਂ ਨੂੰ ਮਹੀਨਾ ਆਊਗਾ। ਉਹਦੇ ਸਾਡੇ ਪੈਸੇ ਮੋੜ ਦੇਣ ਸਾਡੇ, ਜਿਹੜਾ ਅਸੀਂ ਦੇਵਾਂਗੇ। ਅਸੀਂ ਕੋਈ ਨਹੀਂ ਕਰਨਾ ਵੀ ਅਸੀਂ ਉਹਨਾਂ ਦਾਨ ਨਹੀਂ ਦੇਣਾ, ਦਾਨ ਵਾਲੀ ਪ੍ਰਥਾ ਅਸੀਂ ਚਾਹੁੰਦੇ ਨਹੀਂ ਵੀ ਹੋਵੇ। ਬਿਲਕੁਲ। ਅਤੇ ਉਹ ਹੁਣ ਅਸੀਂ ਇੱਥੇ ਸ਼ੁਰੂ ਕੀਤਾ। ਮੇਰੇ ਮਦਰ ਦੇ 5-8 ਅਵਾਰਡ ਰਿਕਾਰਡ ਸੀਗੇ ਅਤੇ ਉਹਨਾਂ ਨੂੰ ਪ੍ਰੈਜੀਡੈਂਟ ਅਵਾਰਡ ਵੀ ਮਿਲਿਆ ਸੀਗਾ ਜੀ। ਅਤੇ ਉਹ ਅਖੀਰਲੇ ਦਮ ਤੱਕ ਉਹ ਪੰਜਾਬੀ ਯੂਨੀਵਰਸਿਟੀ ਅਸੀਂ ਰਹਿੰਦੇ ਸੀਗੇ, ਅਖੀਰਲੇ ਦਮ ਤੱਕ ਦੌੜਦੇ ਰਹੇ ਨੇ। ਇਹ ਜਿਹੜੀ ਪ੍ਰੇਰਨਾ ਆ, ਮਾਤਾ ਜੀ ਨੂੰ ਪ੍ਰੇਰਨਾ ਕਿੱਥੋਂ ਆਈ ਸੀ ਅਤੇ ਤੁਹਾਨੂੰ ਤਾਂ ਮਾਤਾ ਜੀ ਕੋਲੋਂ ਪ੍ਰੇਰਨਾ ਆਉਣੀ ਸੀ ਕਿ ਉਸ ਤੋਂ ਪਹਿਲਾਂ ਵੀ ਤੁਸੀਂ ਇਸ ਫੀਲਡ ਦੇ ਵਿੱਚ ਸੰਬੰਧ ਰੱਖਦੇ? ਮੈਂ 25 ਸਾਲ ਹੋ ਗਏ ਵਰਲਡ ਲੈਵਲ 'ਤੇ ਜਾਂਦੇ ਨੂੰ। ਮੇਰੇ ਕੋਲ ਮੋਰ ਦੈਨ 90 ਮੈਡਲਸ ਨੇ, ਏਸ਼ੀਆ ਦੇ ਵਿੱਚ ਮੇਰਾ ਰੈਂਕ ਨੰਬਰ 1 ਹੈ ਲੌਂਗ ਜੰਪ ਦੇ ਵਿੱਚ ਅਤੇ 60 ਮੀਟਰ ਦੇ ਵਿੱਚ। ਤਾਂ ਉਹ ਮੇਰੇ ਮਦਰ ਨੂੰ ਮੈਂ ਦੇਖਿਆ, ਮੈਂ ਇੰਨੀ ਦੇਰ ਹੋ ਗਈ ਜਾਂਦੇ ਨੂੰ, ਬਾਹਰ ਗੋਰੀਆਂ ਜਿਹੜੀਆਂ ਇੰਨੀ ਇੰਨੀ ਉਮਰਾਂ ਦੌੜਦੀਆਂ ਸੀਗੀਆਂ। ਮੈਂ ਕਿਹਾ ਵੀ ਮੇਰੇ ਮਦਰ ਨੂੰ ਨਾ ਕੋਈ ਹੈਲਥ ਪ੍ਰੋਬਲਮ ਹੈ ਨਾ ਕੁਛ ਹੈ, ਸਭ ਕੁਛ ਠੀਕ ਹੈ। ਅਤੇ ਉਹਨਾਂ ਨੂੰ ਮੈਂ ਪੰਜਾਬ ਯੂਨੀਵਰਸਿਟੀ ਲੈ ਕੇ ਗਿਆ, ਉੱਥੇ ਜਾ ਕੇ ਉਹਨਾਂ ਨੂੰ ਆਪਣਾ 400 ਮੀਟਰ ਦਵਾਈ। ਜਦੋਂ ਉਹਨਾਂ ਨੇ ਲਾਈ, ਸਾਹ ਤਾਂ ਚੜ੍ਹਿਆ ਲੇਕਿਨ ਚਲੋ ਠੀਕ ਹੈ। ਫਿਰ ਉਸ ਤੋਂ ਬਾਅਦ ਕੁਦਰਤੀ ਨੈਸ਼ਨਲ, ਇੰਡੀਆ ਦੇ ਨੈਸ਼ਨਲ ਚੰਡੀਗੜ੍ਹ 'ਚ ਹੋਏ, ਉੱਥੇ ਉਹਨਾਂ ਨੇ ਪਾਰਟੀਸਪੇਟ ਕੀਤਾ 100 ਮੀਟਰ ਅਤੇ 200 ਮੀਟਰ ਦੋਨੇ ਜਿਹੜੀਆਂ ਉਹ ਰੇਸਾਂ ਸੀਗੀਆਂ। ਉਹਦੇ ਵਿੱਚ ਉਹਨਾਂ ਨੇ ਇੰਨਾ ਟਾਈਮ ਇੰਨੀ ਤੇਜ਼ ਦੌੜੇ ਕਿ ਉਹ ਨਵੇਂ ਵਰਲਡ ਰਿਕਾਰਡ ਸੀਗੇ, ਕਿਉਂਕਿ ਇੰਡੀਆ 'ਚ ਹੋਇਆ ਸੀ। ਇਸ ਕਰਕੇ ਉਹ ਮੇਰਾ ਜਿਹੜਾ ਪ੍ਰੈਜੀਡੈਂਟ, ਉਹ ਕਹਿੰਦਾ ਵੀ ਤੂੰ ਜੇ ਪੈਸੇ ਖਰਚ ਕਰ ਸਕਦਾ ਤਾਂ ਅਗਲੇ ਸਾਲ ਆਪਣੇ ਅਮੈਰੀਕਾ ਦੇ ਗੇਮਸ ਹੋਣੀਆਂ ਨੇ, ਉਹ 'ਚ ਪਾਰਟੀਸਪੇਟ ਕਰਾਵਾਂ ਨੂੰ। ਉੱਥੇ ਅਸੀਂ ਲੈ ਕੇ ਉੱਥੇ ਦੋਨੇ ਦੋ ਵਰਲਡ ਰਿਕਾਰਡ ਕੈਂਪ ਕੀਤੇ ਉਹਨਾਂ ਨੇ, 100 ਮੀਟਰ 200 ਮੀਟਰ ਦੇ ਵਿੱਚ। ਇੱਕ ਹਾਊਸ ਵਾਈਫ ਤੋਂ ਸਿੱਧੀ ਇੰਨੀ ਬੁਲੰਦੀ, ਸਾਰਾ ਮੀਡੀਆ ਉਹਨਾਂ ਮਗਰ, ਸਾਰੇ ਲੋਕ ਕਹਿੰਦੇ ਮਾਨ ਕੌਰ ਨਾਲ ਫੋਟੋ ਖਿਚਾਉਣੀ ਹੈ। ਸੋ ਉਹ ਫਿਰ ਉੱਥੋਂ ਤੇ ਚੱਲ ਫਿਰ ਤਾਂ ਜਿੱਥੇ ਗਏ ਵਰਲਡ ਰਿਕਾਰਡ ਕਾਇਮ ਕਰਦੇ ਗਏ। ਫਿਰ ਉਹਨਾਂ ਨੇ ਐਡ ਕਰ ਲਏ ਥਰੋ ਇਵੈਂਟਸ ਵੀ, ਸ਼ੋਰਟ ਪੁੱਟ ਅਤੇ ਜੈਵਲਨ ਥਰੋ, ਉਹਨਾਂ ਦੇ ਵਿੱਚ ਵੀ ਉਹਨਾਂ ਦੇ ਵਰਲਡ ਰਿਕਾਰਡ ਸੀਗੇ। ਸੋ ਬਹੁਤ ਵਧੀਆ ਕੰਮ ਉਹਨਾਂ ਦਾ ਇਸੇ ਕਰਕੇ ਹੋਇਆ ਕਿ ਉਹਨਾਂ ਦੀ ਆਪਣੀ ਹਿੰਮਤ ਬਹੁਤ ਸੀਗੀ। ਤੁਸੀਂ ਚਾਹੁੰਦੇ ਹੋ ਵੀ ਜਿਸ ਤਰੀਕੇ ਨਾਲ ਉਹਨਾਂ ਨੇ ਉਸ ਉਮਰ 'ਚ ਜਾ ਕੇ ਹਿੰਮਤ ਕੀਤੀ, ਵਰਲਡ ਰਿਕਾਰਡ ਬਣਾਏ, ਤੁਸੀਂ ਚਾਹੁੰਦੇ ਹੋ ਵੀ ਪੰਜਾਬ ਦੇ ਨੌਜਵਾਨ ਜਿਹੜੇ ਨੇ, ਜਿਹੜੇ ਪੈਸਾ ਲਗਾ ਕੇ ਬਾਹਰ ਜਾਂਦੇ ਨੇ, ਤੁਸੀਂ ਉਹਨਾਂ ਦੀ ਹੈਲਪ ਕਰ ਸਕਦੇ ਹੋ ਜਿੰਨੇ ਜੋਗੇ ਤੁਸੀਂ ਹੈਗੇ ਹੋ, ਤੁਹਾਡੇ ਬੱਚੇ ਜਿੰਨੇ ਜੋਗੇ ਨੇ, ਔਰ ਤੁਸੀਂ ਦਾਨ ਨਹੀਂ ਕਰਨਾ ਚਾਹੁੰਦੇ, ਤੁਸੀਂ ਚਾਹੁੰਦੇ ਹੋ ਵੀ ਅਸੀਂ ਇੱਕ ਵਾਰੀ ਕੰਮ ਖੋਲ੍ਹ ਦਿਆਂਗੇ, ਉਸ ਤੋਂ ਬਾਅਦ ਤੁਹਾਨੂੰ ਜਦੋਂ ਇਨਕਮ ਆਉਂਦੀ ਹੈ ਤੁਸੀਂ ਪੈਸੇ ਮੋੜ ਦਿਓ, ਅਸੀਂ ਉਹਨਾਂ ਪੈਸਿਆਂ ਨਾਲ ਕਿਸੇ ਹੋਰ ਨੂੰ ਕੰਮ ਖੋਲ੍ਹ ਦਈਏ। ਅਸੀਂ ਜਿਹੜਾ ਇਕੱਲਾ ਉਹੀ ਨਹੀਂ ਹੈ, ਮੇਰੇ ਕੋਲ 4 ਸਪੋਰਟਸ ਵਾਲੇ ਬੱਚੇ ਵੀ ਨੇ, ਸਾਰੇ ਸਟੇਟ ਲੈਵਲ ਦੇ। ਆਹ ਜਿਹੜਾ ਬੱਚਾ ਹੈ, ਇਹ ਵੀ ਸਟੇਟ ਦਾ ਗੋਲਡ ਮੈਡਲਿਸਟ ਹੈ ਅਤੇ ਹੁਣ ਇਹ ਦੁਬਈ ਵਾਸਤੇ ਟ੍ਰਾਇਲ ਵਾਸਤੇ ਤਿਆਰੀ ਕਰ ਰਿਹਾ ਹੈ। ਉਮੀਦ ਕਰਦਾ ਵੀ ਇੱਕ ਵਧੀਆ ਕਰੂਗਾ। ਖਾਣ ਪੀਣ ਇੰਨਾ ਵਧੀਆ ਦੇ ਰਹੇ ਹਾਂ ਅਸੀਂ, ਇਹਨਾਂ ਤੋਂ ਇੱਕ ਪੈਸਾ ਨਹੀਂ ਲੈ ਰਹੇ ਸੀ। ਜਿੰਨਾ ਕੁ ਇੱਥੋਂ ਆਉਂਦੀ ਇਨਕਮ, ਉਹ ਪਲੱਸ ਆਪਣੇ ਕੋਲੋਂ ਪਾ ਕੇ ਅਸੀਂ 10,000 ਰੁਪਇਆ ਪਰ ਬੱਚੇ 'ਤੇ ਸਾਡਾ ਖਰਚ ਹੋ ਰਿਹਾ, ਇੰਕਲੂਡਿੰਗ ਰੈਂਟ ਹੈ। ਕਿਤੇ ਲੈ ਕੇ ਜਾਣਾ, ਕਾਰ ਦਾ ਪੈਟਰੋਲ ਆ, ਜੋ ਕੁਛ ਵੀ ਹੈ, ਉਹ 10,000 ਰੁਪਏ ਐਵਰੇਜ ਹੈ ਸਾਡੀ। ਕਿੰਨੇ ਬੱਚੇ ਨੇ ਤੁਹਾਡੇ ਕੋਲ? ਇਸ ਵੇਲੇ 4 ਬੱਚੇ ਨੇ, ਚਾਰੇ ਸਟੇਟ ਲੈਵਲ ਦੇ ਗੋਲਡ ਮੈਡਲਿਸਟ ਨੇ, ਨੈਸ਼ਨਲ ਜਾ ਚੁੱਕੇ ਨੇ। ਹੁਣ ਉਮੀਦ ਕਰਦਾ ਵੀ ਉਹਨਾਂ ਨੂੰ ਅਸੀਂ ਓਲੰਪਿਕ 'ਤੇ ਪਹੁੰਚਾਉਣਾ। ਦੋ ਬੱਚੇ ਮੇਰੇ ਪਾਰਟੀਸਪੇਟ ਕੀਤੇ ਸੁਪਰ ਸਿਖਰਾਂ ਦੇ ਵਿੱਚ, ਇੱਕ 21 ਕਿਲੋਮੀਟਰ, ਇੱਕ 10 ਕਿਲੋਮੀਟਰ, ਦੋਨੇ ਫਸਟ ਆਏ ਨੇ। ਤਾਂ ਮਤਲਬ ਖੁਰਾਕ ਵਧੀਆ ਹੋ ਗਈ। ਖੁਰਾਕ ਦਾ 80% ਖੁਰਾਕ ਦਾ ਜਿਹੜਾ ਨਾ ਸਪੋਰਟਸ ਦੇ ਵਿੱਚ ਹਿੱਸਾ ਹੈ, 20% ਜਿਹੜਾ ਉਹ ਥੋੜ੍ਹੇ ਉਹਨਾਂ ਦੀ ਮਿਹਨਤ ਹੈ। ਅੱਛਾ ਬਾਪੂ ਜੀ, ਇਹ ਦੱਸੋ ਜਿਹੜੀ ਖੁਰਾਕ ਹੁੰਦੀ ਆ, ਇਹ ਖੁਰਾਕ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਇਨਵੋਲਵ ਨੇ, ਕਿਹੜੀਆਂ ਚੀਜ਼ਾਂ ਤੁਸੀਂ ਦਿੰਦੇ ਹੋ ਜਿਨ੍ਹਾਂ ਦੇ ਨਾਲ ਇਹ ਸਿਹਤਮੰਦ ਵੀ ਰਹਿੰਦੇ ਨੇ ਅਤੇ ਨਾਲੇ ਆਪਣਾ ਟਾਰਗੇਟ ਵੀ ਪੂਰਾ ਕਰਦੇ ਨੇ? ਅਸੀਂ ਦੇਖੋ, ਇੱਕ ਮੈਂ ਕੈਨੇਡਾ ਤੋਂ ਕੀਫਰ ਲੈ ਕੇ ਆਏ, ਕੀਫਰ ਉਹਨੂੰ ਕਹਿੰਦੇ ਨੇ,
ਪ੍ਰੋਬਾਇਓਟਿਕ ਡਰਿੰਕ ਹੈ ਉਹ ਅਸੀਂ ਇੱਥੇ ਲੋਕਾਂ ਨੂੰ ਵੀ ਕਹਿੰਦੇ ਵੀ ਤੁਸੀਂ ਆਪਣੇ ਘਰ ਜਮਾਉਣਾ ਸ਼ੁਰੂ ਕਰੋ। ਅੱਛਾ ਜੀ, ਅਸੀਂ ਕਿੰਨੇ ਲੋਕਾਂ ਨੂੰ ਫ੍ਰੀ ਵੰਡਿਆ, ਜਦ ਕਿ $25 ਦਾ ਇੱਕ ਚਮਚਾ ਮਿਲਦਾ। ਅੱਛਾ, ਕੈਨੇਡਾ ਦੇ ਵਿੱਚ ਅਸੀਂ ਇੱਥੇ ਲੋਕਾਂ ਨੂੰ ਫ੍ਰੀ ਵੰਡ ਰਹੇ ਹਾਂ, ਲੋਕ ਆਪਣੇ ਘਰਾਂ ਦੇ ਵਿੱਚ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਖਾਣ, ਉਹਨੂੰ ਮੋਟਾਪਾ ਵੀ ਘਟੂਗਾ, ਮੈਟਾਬੋਲਿਜ਼ਮ ਠੀਕ ਹੋਊਗਾ, ਸਾਰਾ ਕੁਛ ਸਿਹਤ ਸਾਰੀ ਠੀਕ ਹੋਊਗੀ। ਜਿਹਨੇ ਜਿਹਨਾਂ ਨੇ 2 ਮਹੀਨੇ ਹੋ ਗਏ ਲੈਂਦਿਆਂ ਨੂੰ, ਸਾਰੇ ਖੁਸ਼ ਨੇ ਵੀ ਹਾਂ ਇਹੋ ਜਿਹੀ ਤਾਂ ਚੀਜ਼ ਸਾਨੂੰ ਕਦੇ ਮਿਲੀ, ਨਾ ਕੋਈ ਗੈਸ ਬਣੇ, ਪੇਟ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਉਹਦੇ ਵਿੱਚ ਇਹ ਹੈ ਵੀ ਦਹੀਂ ਦੇ ਸਿਰ 3 ਤਰ੍ਹਾਂ ਦੇ ਪ੍ਰੋਬਾਇਟਿਕ, ਉਹ 'ਚ 45 ਕਿਸਮ ਦੇ ਪ੍ਰੋਬਾਇਟਿਕ ਨੇ। ਅੱਛਾ ਜੀ, ਉਹ 'ਚ B12 ਨਹੀਂ ਬਣਦਾ ਦਹੀਂ 'ਚ, ਉਹ 'ਚ B12 ਵੀ ਬਣਦਾ। ਸੋ ਇਸ ਕਰਕੇ ਲੋਕਾਂ ਨੂੰ ਅਸੀਂ ਚਾਹੁੰਦੇ ਹਾਂ, ਲੋਕਾਂ ਦੇ ਸਿਹਤ ਜੋ ਵੀ ਸਾਡੇ ਕੋਲ ਸਮਾਨ ਹੈ ਸਭ ਸਿਹਤ ਵਾਲਾ ਸਮਾਨ ਹੈ, ਸਿਹਤ ਵਾਲਾ, ਕੋਈ ਖਰਾਬ ਸਮਾਨ ਨਹੀਂ ਹੈ। ਅੱਛਾ ਬਾਪੂ ਜੀ, ਉਹ ਜਿਹਦੀ ਤੁਸੀਂ ਗੱਲ ਕਰਦੇ ਹੋ ਕੈਨੇਡਾ ਤੋਂ ਲੈ ਕੇ ਆਏ ਹੋ, ਉਹ ਹੈਗਾ ਤੁਹਾਡੇ ਕੋਲ? ਹਾਂ, ਆਪਾਂ ਦਿਖਾ ਸਕਦੇ ਹਾਂ? ਦਿਖਾਈਏ ਜਰਾ ਸਰ ਵੀ। ਠੀਕ ਹੈ ਜੀ। ਅੱਛਾ, ਉਹਦੇ ਗ੍ਰੇਨ ਅਸੀਂ ਲੈ ਕੇ ਆਏ ਹਾਂ, ਉਹ ਘਰ ਅਸੀਂ ਤਿਆਰ ਕਰਦੇ ਹਾਂ, ਉਹ ਇੱਥੇ ਲਿਆਉਂਦੇ ਹਾਂ। ਅੱਛਾ, ਅਤੇ ਲੋਕਾਂ ਨੂੰ ਦੇ ਦਿੰਦੇ ਅਸੀਂ, ਜਿਹੜੇ ਜਿਹੜੇ ਕਹਿੰਦੇ ਅਸੀਂ ਸਾਡੀ ਹਿੰਮਤ ਨਹੀਂ ਵੀ ਅਸੀਂ ਇਹਨੂੰ ਤਿਆਰ ਕਰ ਸਕੀਏ। ਉਹ ਔਖਾ ਵੀ ਗੱਲ ਨਹੀਂ ਹੈ, ਪਰ ਫਿਰ ਵੀ ਲੋਕ ਕਹਿੰਦੇ ਕਿ ਨਹੀਂ ਜੀ ਤੁਹਾਡੇ ਕੋਲ ਪੀਲਾ ਗ੍ਰੇਨ, ਅਸੀਂ ਉਹਨਾਂ ਨੂੰ ਦੇ ਦਿੰਦੇ ਹਾਂ। ਇਹ ਕੀਫਰ ਹੈ। ਅੱਛਾ ਜੀ, ਅਤੇ ਇਹ ਬਹੁਤ ਵਧੀਆ ਮਤਲਬ ਡਰਿੰਕ ਹੈ ਇਹ, ਆਪਾਂ ਇਹਨੂੰ। ਓਕੇ ਜੀ। ਅੱਛਾ, ਇਹ ਤੁਸੀਂ ਆਪ ਤਿਆਰ ਕਰ? ਆਪ ਤਿਆਰ ਕਰਦੇ ਹੋ? ਕੀਫਰ ਗ੍ਰੇਨ ਅਸੀਂ ਲਿਆਏ ਹੋਏ ਨੇ। ਅੱਛਾ ਜੀ, ਦੁੱਧ 'ਚ ਪਾ ਦੇ ਨੇ, ਦੁੱਧ ਵੀ ਅਸੀਂ ਚੁਆਵਾਂ ਲੈਂਦੇ, ਸਾਹਮਣੇ ਚੁਆ ਕੇ ਲੈਂਦੇ ਜੀ, ਅਤੇ ਇਸ ਨੂੰ ਫਿਰ ਅਸੀਂ ਲੋਕਾਂ ਨੂੰ ਇਹ ਪੂਰੇ ਦਾ ਪੂਰਾ ਜਾਰ ਹੀ ਦੇ ਦਿੰਦੇ ਹਾਂ। ਅੱਛਾ, ਜਾਰ ਦਿੰਦੇ ਵੀ ਤੁਸੀਂ? ਜਾਰ ਕਿੰਨੇ ਦਾ ਦਿੰਦੇ ਹੋ? 150 ਰੁਪਏ ਦਾ ਹੈਗਾ ਇਹ। ਅੱਛਾ ਜੀ, ਅਤੇ ਇਹਦੇ ਨਾਲ ਸਾਰੀ ਫੈਮਲੀ ਲੈ ਸਕਦੀ ਹੈ। ਇਹ ਰੋਜ਼ ਦਾ 1 ਚਮਚਾ? ਨਹੀਂ, ਚਮਚਾ ਨਹੀਂ, ਪੀਣਾ ਤਾਂ 100 ਗ੍ਰਾਮ ਤੋਂ ਸ਼ੁਰੂ ਕਰਕੇ ਫਿਰ 300 ਗ੍ਰਾਮ ਪਰ ਡੇ ਲੈ ਸਕਦੇ ਹਾਂ, ਅਰਲੀ ਨਹੀਂ ਮੋਰਨਿੰਗ ਲੈਣਾ। ਬਹੁਤ ਵਧੀਆ ਕੰਮ ਕਰਦਾ ਹੈ। ਇਹ ਦਿੰਦੇ ਅਸੀਂ ਬੱਚਿਆਂ ਨੂੰ, ਕਣਕ ਦੀ ਜਿਹੜੀ ਰੋਟੀ ਦਿੰਦੇ ਅਸੀਂ ਉਹ ਸਪਰਾਊਟ ਕਰਦੇ ਹਾਂ ਕਣਕ ਨੂੰ, ਕਣਕ ਨੂੰ ਸਪਰਾਊਟ ਕਰਨ ਤੋਂ ਬਾਅਦ ਗਿੱਲੀ ਨੂੰ ਗ੍ਰਾਇੰਡ ਕਰਦੇ ਹਾਂ, ਫਿਰ ਉਹਦੀ ਰੋਟੀ ਬਣਦੀ ਹੈ। ਉਹ ਰੋਟੀ ਜਿਹੜੀ ਹੈ ਇੱਕ ਰੋਟੀ ਕਾਹਦੀ 3 ਦੇ ਬਰਾਬਰ ਤਾਕਤ ਰਹਿੰਦੀ ਹੈ। ਇੱਕ ਬੋਨ ਬਰੋਥ ਅਸੀਂ ਕਰਦੇ ਹਾਂ, ਫਿਸ਼ ਦੇ ਹੈੱਡ ਲੈਂਦੇ ਹਾਂ, ਉਹ ਬੋਨ ਬਰੋਥ ਜਿਹੜਾ ਤਿਆਰ ਹੁੰਦਾ 1 ਘੰਟੇ ਦੇ ਵਿੱਚ। ਅੱਛਾ ਜੀ, ਉਹ ਰਿਕਵਰੀ ਬਹੁਤ ਵਧੀਆ ਕਰਦਾ, ਉਹ 'ਚ ਕੋਲੇਜਨ ਹੈ, ਓਮੇਗਾ 3 ਓਮੇਗਾ 6 ਆਇਓਡੀਨ ਸਾਰਾ ਕੁਛ ਉਹਦੇ ਵਿੱਚ ਹੈ। ਉਹ ਅਸੀਂ ਇਹਨਾਂ ਨੂੰ ਦਿੰਦੇ ਹਾਂ ਜਦੋਂ ਵਰਕਆਊਟ ਕਰਕੇ ਆਉਂਦੇ ਨੇ, ਅਤੇ ਸਪਰਾਊਟ ਜਿੰਨੇ ਵੀ ਵਧੀਆ ਸਪਰਾ, ਜਿਵੇਂ ਅਲਫਾ ਅਲਫਾ ਸਪਰਾਊਟ ਨੇ, ਬਹੁਤ ਵਧੀਆ, ਫਾਦਰ ਆਫ ਆਲ ਫੂਡ ਉਹਨੂੰ ਕਹਿ ਸਕਦੇ ਹਾਂ, ਉਹ ਇਹਨਾਂ ਨੂੰ ਦਿੰਦੇ ਅਸੀਂ। ਮਤਲਬ ਕੋਈ ਵੀ ਚੀਜ਼ ਬਾਹਰੋਂ ਨਹੀਂ ਖਾਣ ਦਿੰਦੇ, ਬਾਹਰੋਂ ਨਹੀਂ ਖਾਣੀ, ਨਾ ਬ੍ਰੈਡ ਨਾ ਬਿਸਕੁਟ, ਕੁਛ ਵੀ ਕਿਸੇ ਦੇ ਘਰ ਵੀ ਜਾਂਦੇ ਹਾਂ ਤਾਂ ਵੀ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਵੀ ਉਹੀ ਖਾਣਾ ਜੋ ਆਪਾਂ ਨੂੰ ਠੀਕ ਲੱਗਦਾ, ਠੀਕ ਲੱਗਦਾ। ਸੋ ਖਾਣ ਪੀਣ ਵਧੀਆ ਹੈ ਤਾਂ ਇਹਨਾਂ ਦੀ ਤਾਂ ਹੀ ਪਰਫੋਰਮੈਂਸ ਵਧੀਆ ਹੈ। ਬਾਪੂ ਜੀ, ਤੁਸੀਂ ਇੰਨੀ ਫਿਕਰ ਕਰਦੇ ਹੋ ਕਿਉਂਕਿ ਦੁਨੀਆ ਦੇ ਵਿੱਚ ਅਕਸਰ ਬਹੁਤ ਸਾਰੇ ਲੋਕ ਆਉਂਦੇ ਨੇ ਜਿਹੜੇ ਸਮਾਜ ਦਾ ਭਲਾ ਚਾਹੁੰਦੇ ਨੇ, ਜਿਹੜੇ ਚਾਹੁੰਦੇ ਨੇ ਵੀ ਸਾਡਾ ਸਮਾਜ ਸੁਧਰੇ, ਜਿਹੜੇ ਚਾਹੁੰਦੇ ਨੇ ਵੀ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ। ਤੁਹਾਡੇ ਵਿੱਚ ਵੀ ਇਹ ਫਿਕਰਪ੍ਰਸਤੀ ਹੈ? ਜਦੋਂ ਤੁਸੀਂ ਇਕੱਲੇ ਬੈਠ ਕੇ ਸੋਚਦੇ ਹੋ, ਜੇ ਸਰਕਾਰ ਦੇ ਹਿਸਾਬ ਨਾਲ ਚੱਲੀਏ ਤਾਂ ਤੁਹਾਡੀਆਂ ਕੀ ਮੁੱਖ ਮੰਗਾਂ ਹੋਣਗੀਆਂ ਸਰਕਾਰ ਤੋਂ? ਮੈਂ ਤਾਂ ਮਾਨ ਸਾਹਿਬ ਨੂੰ ਚਿੱਠੀ ਲਿਖੀ, ਫਿਰ ਮਿਲ ਕੇ 2-3 ਬਰਾੜ ਸਾਹਿਬ ਜਿਹੜੇ ਉਹਨਾਂ ਦੇ OSD ਨੇ, ਉਹਨਾਂ ਨੂੰ 3 ਵਾਰੀ ਮਿਲ ਕੇ ਵੀ ਆਇਆ ਵੀ ਤੁਸੀਂ ਇਸ ਨੂੰ, ਤੁਸੀਂ ਇਹਦੇ ਵਾਸਤੇ ਪੈਸਾ ਕੱਢੋ। ਮੈਂ ਇਕੱਲਾ ਨਹੀਂ ਕਰ ਸਕਦਾ ਇੰਨਾ ਕੁਛ, ਕਿੰਨੇ ਕੁ ਕਪੈਸਿਟੀ ਇੱਕ ਬੰਦੇ ਦੀ ਹੋ ਸਕਦੀ ਹੈ? ਤੋ ਜੇ ਮਾਨ ਸਾਹਿਬ 20 ਕਰੋੜ ਰੁਪਏ ਇੱਕ ਪਾਸੇ ਰੱਖ ਕੇ ਮੋਹਾਲੀ ਤੋਂ ਹੀ ਸ਼ੁਰੂ ਕਰਨ, ਹਰ ਇੱਕ ਪਾਰਕ ਦੇ ਵਿੱਚ ਇਹੋ ਜਿਹੇ ਸੈਟਅਪ ਲਾਏ ਜਾਣ, 2-2 ਬੱਚਿਆਂ ਨੂੰ ਦਿੱਤਾ ਜਾਵੇ, ਗਲੀਆਂ 'ਚ ਵੀ ਜਾਣ, ਲੋਕਾਂ ਨੂੰ ਦੱਸਣ, ਲੋਕਾਂ ਨੂੰ ਸਿਹਤ, ਜੇ ਸਿਹਤ ਦੇ ਜਿਹੜੇ ਦੇਸ਼ ਦੇ ਬੰਦੇ ਸਿਹਤਮੰਦ ਨੇ ਉਹ ਦੇਸ਼ ਵਧੀਆ ਹੋ ਸਕਦਾ। ਹੁਣ ਬਾਹਰਲੇ ਦੇਸ਼ਾਂ 'ਚ ਇਹੀ ਪ੍ਰੈਫਰੈਂਸ ਹੈ ਵੀ ਖਾਣ ਪੀਣ ਵਧੀਆ ਹੋਵੇ, ਸਾਫ਼ ਸੁਥਰਾ ਹੋਵੇ, ਕੋਈ ਖਰਾਬੀ ਨਾ ਹੋਵੇ, ਤਾਂ ਉਹੀ ਚੀਜ਼ਾਂ ਜਿਹੜੀਆਂ ਨੇ ਸਾਡੇ ਵੀ ਇੱਥੇ ਹੋਣੀਆਂ ਚਾਹੀਦੀਆਂ ਨੇ। ਕਿਉਂ ਅਸੀਂ ਗਲਤ ਮਲਤ ਚੀਜ਼ਾਂ ਵੇਚਣ ਦਾ ਲੋਕਾਂ ਨੂੰ ਅਧਿਕਾਰ ਦਿੰਦੇ ਹੈ? ਉਹਨਾਂ ਲੋਕ ਬਿਮਾਰ ਹੁੰਦੇ ਆ, ਤੁਸੀਂ ਦੇਖੋ ਕਿੰਨਾ ਆਪਣੇ, ਜਦੋਂ ਹੋਟਲਾਂ 'ਚ ਲਾ ਲਓ, ਕਿਤੇ ਵਿਆਹ ਸ਼ਾਦੀਆਂ 'ਚ ਲਾ ਲਓ, ਤਲਿਆ ਮਾਲ ਲੋਕ ਖਾਈ ਜਾਂਦੇ ਨੇ, ਫਿਰ ਦੂਜੇ ਦਿਨ ਬਿਮਾਰ ਹੋ ਜਾਂਦੇ ਨੇ। ਉਹ ਖਾਣ ਪੀਣ ਦਾ ਜਾਤੀ ਸੁਧਾਰ ਨਹੀਂ ਆਊਗਾ, ਉੱਥੇ ਸਿਹਤ ਨਹੀਂ ਚੰਗੀ ਹੋ ਰਹੀ, ਸਿਹਤ ਨਹੀਂ ਚੰਗੀ ਹੋਊਗੀ
ਡੇਟ ਨਹੀਂ ਚੰਗਾ ਹੋ ਸਕਦਾ ਇਹ ਚੀਜ਼। ਅੱਛਾ ਬਾਪੂ ਜੀ, ਜੋ ਤੁਸੀਂ ਸਵੇਰੇ ਸਵੇਰੇ ਆਉਂਦੇ ਹੋ ਆ ਕੇ ਤਿਆਰੀ ਕਰਦੇ ਹੋ ਸਾਰਾ, ਕਿੰਨਾ ਕੁ ਟਾਈਮ ਲੱਗ ਜਾਂਦਾ ਜਦੋਂ ਘਰੋਂ ਤੁਰਦੇ ਹੋ? ਕਿਉਂਕਿ ਇੱਥੇ 5:30 ਪਹੁੰਚ ਜਾਂਦੇ ਹੋ, ਜਿੱਦਾਂ ਅਸੀਂ 5:30 ਪਹੁੰਚ ਗਏ ਸੀ, ਔਰ ਅਸੀਂ ਤਾਂ ਆਮ ਜ਼ਿੰਦਗੀ ਦੇ ਵਿੱਚ 7-8 ਵਜੇ ਉੱਠਦੇ ਹਾਂ, ਤੁਸੀਂ ਰੋਜ਼ਾਨਾ ਇਸ ਤਰ੍ਹਾਂ ਉੱਠਦੇ ਹੋ, ਇਹ ਸ਼ਾਇਦ ਫਿਟਨੈਸ ਦਾ ਰਾਜ ਵੀ ਇਹੀ ਹੈ। ਮੈਂ 4 ਵਜੇ ਉੱਠਦਾ। ਅੱਛਾ ਜੀ। 4 ਵਜੇ ਉੱਠ ਕੇ ਤਿਆਰੀ ਕਰਨੀ ਹੁੰਦੀ ਹੈ, ਸਾਰਾ ਕੀਫਰ ਵਗੈਰਾ ਪੁਣਨਾ ਹੁੰਦਾ, ਲੈ ਕੇ ਆਉਣਾ ਹੁੰਦਾ, ਪੈਕ ਕਰਨਾ ਹੁੰਦਾ। ਉੱਥੋਂ ਆਉਣ ਨੂੰ ਇੱਥੇ 1/2 ਘੰਟਾ, ਕੰਸਲ ਅਸੀਂ ਰਹਿੰਦੇ ਹਾਂ, ਆਉਣ ਨੂੰ 1/2 ਘੰਟਾ ਲੱਗਦਾ। ਅਤੇ ਇਸ ਕਰਕੇ ਫਿਰ ਇੱਥੇ ਆ ਕੇ ਵੀ 9 ਵਜੇ ਤੱਕ ਅਸੀਂ ਜਿੰਨੇ ਵੀ ਲੋਕ ਹੁੰਦੇ ਹਾਂ, ਜਿੰਨੇ ਵਧੀਆ ਹੈਲਥ ਵਾਸਤੇ ਚਾਹੁੰਦੇ ਨੇ ਵੀ ਹੈਲਥ ਅੱਛੀ ਹੋਵੇ, ਉਹਨਾਂ ਨੂੰ ਸਰਵ ਕਰਦੇ ਹਾਂ। ਅੱਛਾ ਜੀ। ਅਤੇ ਜਿਹੜੇ ਜਿਹੜੇ ਆਉਂਦੇ ਨੇ ਇੱਥੇ ਪਾਰਕ ਦੇ ਵਿੱਚ, ਜਿਹੜੇ ਆਉਂਦੇ ਨੇ ਗੱਡੀਆਂ 'ਚ ਬਹਿ ਕੇ ਇੱਥੇ ਆ ਕੇ ਪਾਰਕ ਦੇ ਵਿੱਚ ਐਕਸਰਸਾਈਜ਼ ਕਰਦੇ ਨੇ, ਫਿਰ ਤੁਹਾਡੇ ਕੋਲ ਆ ਕੇ ਚਾਹੇ ਉਹ ਰੋ ਕਹਿ ਲਓ ਗੰਨੇ ਦੀ, ਹੈ ਨਾ, ਇਹ ਪੀਂਦੇ ਨੇ, ਚਾਹੇ ਇੱਧਰਲੇ ਪਾਸੇ ਜਿਹੜੀਆਂ ਬਾਕੀ ਚੀਜ਼ਾਂ ਤੁਸੀਂ ਬਣਾਉਂਦੇ ਹੋ ਉਹ ਪੀਂਦੇ ਨੇ। 2 ਮਹੀਨੇ ਹੋ ਗਏ ਤੁਹਾਨੂੰ ਇਹ ਸੈਟਅਪ ਚਲਾਉਂਦਿਆਂ ਨੂੰ, ਕਿੱਦਾਂ ਦਾ ਰਿਸਪੋਂਸ ਆਇਆ ਲੋਕਾਂ? ਨਹੀਂ, ਬਹੁਤ ਲੋਕ ਖੁਸ਼ ਨੇ, ਜਿੰਨੇ ਵੀ ਇੱਥੇ ਆਉਂਦੇ ਨੇ ਸਾਰੇ ਬੜੇ ਖੁਸ਼ ਨੇ। ਤਕਰੀਬਨ 1 ਵਾਰੀ ਜਿਹਨੇ, ਇੱਕ ਤਾਂ ਗੰਨੇ ਦੇ ਰਾਸਤੇ ਅਸੀਂ 1 ਵਾਰੀ ਕੱਢਦੇ ਹਾਂ, ਦੁਬਾਰਾ ਗੰਦੇ ਹੱਥ ਨਹੀਂ ਲਾਉਂਦੇ। ਅੱਛਾ ਜੀ। ਅਤੇ ਉਹ ਉਹਦੇ ਵਿੱਚ ਕੁਆਲਿਟੀ ਵੀ ਅੱਛੀ ਹੈ, ਬਰਫ਼ ਨਹੀਂ ਪਾਉਂਦੇ ਅਸੀਂ ਨਾਲ, ਅਸੀਂ ਕੀ ਕਰਦੇ ਹਾਂ ਗੰਨੇ ਦੇ ਰਸ ਦਾ ਕਿਊਬ ਜਮਾ ਕੇ ਰੱਖੇ ਨੇ। ਅੱਛਾ ਜੀ। ਉਹ ਕਿਊਬ ਹੀ ਪਾ ਦਿੰਦੇ ਹਾਂ, ਜਿਹਨੂੰ ਜਿਹੜਾ ਕਹਿੰਦਾ ਮੈਨੂੰ ਠੰਡਾ ਚਾਹੀਦਾ। ਵੈਸੇ ਠੰਡਾ ਨਹੀਂ ਪੀਣਾ, ਮੈਂ ਤਾਇਵਾਨ ਗਿਆ ਸੀਗਾ, ਉੱਥੇ ਈਵਨ ਜਿਹੜੇ ਸਪੋਰਟਸ ਜਿੱਥੇ ਹੋ ਰਹੀਆਂ ਸੀਗੀਆਂ ਉੱਥੇ ਵੀ ਨਿੱਘਾ ਪਾਣੀ ਸੀਗਾ, ਠੰਡਾ ਪਾਣੀ ਬਿਲਕੁਲ ਨਹੀਂ ਸੀਗਾ, ਨੋਰਮਲ। ਅੱਛਾ, ਇਹ ਕਿਊਬ ਜਿਹੜੇ ਜਮਾ ਕੇ ਰੱਖੇ? ਹਾਂ, ਇਹ ਕਿਊਬ ਨੇ। ਦਿਖਾਓ ਜੀ, ਬਹੁਤ ਜ਼ਰੂਰੀ ਹੈ। ਬਿਲਕੁਲ। ਦੇਖੋ ਜੀ, ਤੁਸੀਂ ਇਸ ਉਮਰ ਦੇ ਵਿੱਚ ਆ ਕੇ ਇੰਨੀ ਫਿਕਰਪ੍ਰਸਤੀ ਔਰ ਇੰਨਾ ਸੋਚਣਾ, ਇਹੋ ਜਿਹੀ ਚੀਜ਼ ਪਰਮਾਤਮਾ ਕਿਸੇ ਕਿਸੇ ਨੂੰ ਬਖਸ਼ਦਾ। ਸੋ ਇਹ ਇੱਕ ਚੰਗਾ ਉਪਰਾਲਾ, ਇੱਕ ਚੰਗਾ ਕੰਮ ਆ, ਇਹੋ ਜਿਹੀਆਂ ਚੀਜ਼ਾਂ ਨੂੰ ਸਪੋਰਟ ਜ਼ਰੂਰ ਕਰਿਆ ਕਰੋ, ਕਿਉਂਕਿ ਇਕੱਲਾ ਬੰਦਾ ਕਾਹੇ ਜੋਗਾ ਨਹੀਂ ਹੁੰਦਾ, ਇੱਕ ਟੀਮ ਵਰਕ ਹੁੰਦਾ। ਉਹ ਬਾਈ ਵੀ ਹੈਗੇ, ਆਪਾਂ ਉਹਨਾਂ ਨਾਲ ਵੀ ਗੱਲ ਕਰਨੀ ਆ, ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਵੀ ਕਰਦੇ, ਤੁਸੀਂ ਆਪਦਾ ਕੰਮ ਵੀ ਕਰੋ ਜੀ ਨਾਲ ਨਾਲ। ਅਤੇ ਬਾਈ ਨੂੰ ਪੁੱਛਦੇ ਹਾਂ ਕਿਹੋ ਜਿਹਾ, ਕਿਉਂਕਿ ਜਦੋਂ ਆਮ ਤੌਰ 'ਤੇ ਆਮ ਜ਼ਿੰਦਗੀ ਵਿੱਚ। ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿਵੇਂ ਜੀ? ਠੀਕ ਠਾਕ ਹੋ? ਵਧੀਆ ਜੀ। ਬਾਪੂ ਜੀ ਨੇ ਤੁਹਾਡੀਆਂ ਬਹੁਤ ਤਾਰੀਫਾਂ ਕੀਤੀਆਂ। ਬਾਪੂ ਜੀ ਦੀ ਮਿਹਰਬਾਨੀ ਆ ਜਿਨ੍ਹਾਂ ਨੇ ਇੰਨੀ ਹੈਲਪ ਕਰਨ ਦੇ। ਅੱਛਾ ਜੀ। ਖਾਣ ਪੀਣ ਤੋਂ ਲੈ ਕੇ ਸਾਰਾ ਕੁਛ, ਸਵੇਰੇ 4 ਵਜੇ ਉੱਠੀਦਾ, ਬਾਪੂ ਜੀ ਰੇੜੀ ਤਿਆਰ ਕਰਕੇ ਆ ਜਾਂਦਾ। ਇੱਥੋਂ ਕੰਸਲ 10 ਕਿਲੋਮੀਟਰ ਆ ਸਾਡਾ ਪਿੰਡ, ਬਾਪੂ ਜੀ ਇੱਥੇ ਆਉਂਦੇ ਆ, ਮੈਂ ਦੌੜ ਕੇ ਆਉਂਦਾ 10 ਕਿਲੋਮੀਟਰ ਸਵੇਰੇ ਸਵੇਰੇ, ਫਿਰ ਆ ਕੇ ਇੱਥੇ ਕੰਮ ਕਰੀਦਾ, ਅਤੇ ਫਿਰ ਬਾਪੂ ਜੀ ਨਾਲ ਖੜ੍ਹੇ ਰਹਿੰਦੇ ਆ ਹਰ ਟਾਈਮ। ਹੁਣ ਦੁਬਈ ਦੇ ਟਰਾਇਲ ਵੀ ਆ ਮੇਰੇ, ਅੱਛਾ ਅਗਲੇ ਮਹੀਨੇ ਹੋਣਗੇ, ਉੱਥੇ ਬਾਪੂ ਜੀ ਨਾਲ ਕਿਤੇ ਜ਼ਰੂਰ ਟਰਾਇਲ ਕਲੀਅਰ ਕਰ ਆਪਾਂ ਜ਼ਰੂਰ ਜਾਵਾਂਗੇ। ਨੇੜਲਾ ਪਿੰਡ ਕਿਹੜਾ ਤੁਹਾਡਾ? ਅਸੀਂ ਇੱਥੇ ਕੰਸਲ ਰਹਿੰਦੇ। ਅੱਛਾ, ਕੰਸਲ। ਹਾਂਜੀ, ਕੰਸਲ, ਠੀਕ ਹੈ। ਅਤੇ ਮੈਂ ਪੈਰਾ ਪਲੇਅਰ ਹਾਂ 400 ਮੀਟਰ ਦਾ। ਹਾਂਜੀ, 400 ਮੀਟਰ ਕਰਦਾ, 400 ਮੀਟਰ ਮੇਰੀ 50-50 ਵਾਲੀ ਹੈ, 51-50 ਵਾਲੀ ਹੈ। ਅੱਛਾ ਜੀ। ਔਰ ਜਿਹੜਾ ਏਸ਼ੀਆ ਕੁਆਲੀਫਾਈ ਟਾਈਮ ਆ ਉਹ 52 ਦਾ ਜੀ, ਉਸ ਤੋਂ 2 ਸੈਕਿੰਡ ਬੈਟਰ ਆ। ਬੈਟਰ। ਹਾਂਜੀ। ਅਤੇ ਜਿਹੜਾ ਐਤਕੀ ਏਸ਼ੀਆ ਗੋਲਡ ਆਇਆ ਵਾ ਉਹ 49 'ਚ ਆਇਆ। ਅੱਛਾ ਜੀ। ਅਤੇ ਮਤਲਬ ਜੇ ਮਤਲਬ 1 ਸੈਕਿੰਡ ਦਾ ਫਰਕ ਆ ਮੇਰੇ ਟਾਈਮਿੰਗ ਦਾ ਅਤੇ ਏਸ਼ੀਆ ਗੋਲਡ ਦੀ ਟਾਈਮਿੰਗ ਦਾ। ਅੱਛਾ, ਤਿਆਰੀ ਪੂਰੀ ਆ। ਹਾਂਜੀ, ਬਸ ਬਾਪੂ ਜੀ ਮਿਹਰਬਾਨੀ ਆ, ਤਿਆਰੀ ਕਰਦੇ ਹਾਂ, ਅੱਗੇ ਦੇਖੋ ਵਾਹਿਗੁਰੂ ਕੀ ਕਿਰਪਾ ਫਲ ਆਉਂਦਾ। ਅਤੇ ਇਹ ਜਿਹੜੀ ਤੁਹਾਡੀ ਇਹ ਪ੍ਰੋਬਲਮ ਹੈ ਇਹ ਕਿੱਦਾਂ ਹੋਇਆ ਸੀਗਾ? ਇਹ ਕਰੰਟ ਲੱਗ ਗਿਆ ਸੀ ਬਿਜਲੀ ਦਾ। ਅੱਛਾ ਜੀ। ਹਾਂਜੀ, ਪਹਿਲਾਂ ਮੈਂ ਕੰਬਾਈਨ ਦੇ ਘਰ ਲੱਗ ਗਿਆ ਸੀ, ਕਰੰਟ ਲੱਗ ਗਿਆ ਸੀ। ਉਸ ਤੋਂ ਬਾਅਦ ਮੈਨੂੰ 2-3 ਸਾਲ ਕਿਸੇ ਪਰ ਦੱਸਿਆ ਨਹੀਂ ਵੀ ਪੈਰਾ ਗੇਮਸ ਹੁੰਦੀਆਂ, ਅਤੇ 2-3 ਸਾਲ ਬਾਅਦ ਪੈਰਾ ਗੇਮਸ ਦੇ ਬਾਰੇ ਜਾਣਕਾਰੀ ਮਿਲੀ, ਫਿਰ ਮੈਂ ਗੇਮ ਸ਼ੁਰੂ ਕੀਤੀ।
ਫਿਰ 50 ਵਾਲੀ ਲਾਤੀ ਸੀ, ਉਹ 'ਚ ਮੇਰੀ ਲੈਗ 'ਚ ਇੰਜਰੀ ਆ ਗਈ ਸੀ, ਇਸ ਕਰਕੇ 2 ਸਾਲ ਦਾ ਰੈਸਟ ਹੋ ਗਿਆ, ਮੈਂ ਗੇਮ ਛੱਡ ਚੁੱਕਿਆ ਸੀ। ਅੱਛਾ ਜੀ। ਅਤੇ ਫਿਰ ਬਾਪੂ ਜੀ ਕਹਿੰਦੇ ਨਹੀਂ ਗੇਮ ਸ਼ੁਰੂ ਕਰ, ਤੂੰ ਕਰ ਸਕਦਾ। ਇਹਨਾਂ ਨੇ ਫਿਰ ਮੇਰੀ ਗੇਮ ਸ਼ੁਰੂ ਕਰਵਾਤੀ ਅਤੇ ਹੁਣ ਤਿਆਰੀ ਕਰਾ, ਹੁਣ ਤਿਆਰੀ ਕਰਵਾਤੀ। ਬਾਪੂ ਜੀ ਨਾਲ ਰਹਿ ਕੇ ਚੰਗਾ ਮਹਿਸੂਸ ਹੁੰਦਾ? ਬਿਲਕੁਲ ਜੀ ਬਿਲਕੁਲ। ਜਿਹੜਾ ਹੁਣ ਤੁਸੀਂ ਆਪ ਸੋਚ ਲਓ, ਜਿਹੜਾ ਗੇਮ ਛੱਡ ਚੁੱਕਿਆ, ਬਾਪੂ ਜੀ ਨੂੰ ਦੇਖ ਕੇ ਦੁਬਾਰਾ ਸ਼ੁਰੂ ਕਰਤੀ, ਮੈਂ ਵੀ ਕਰ ਸਕਦਾ ਦੁਬਾਰਾ। ਤਾਂ ਤੁਸੀਂ ਦੇਖਿਆ ਜੀ, ਕਹਿੰਦੇ ਬੰਦੇ ਨੂੰ ਨਾ ਹੌਂਸਲਾ ਦੇਣ ਵਾਲੇ ਹੋਣੇ ਚਾਹੀਦੇ ਨੇ, ਬੰਦੇ ਨੂੰ ਅੱਗੇ ਵਧਾਉਣ ਵਾਲੇ ਹੋਣੇ ਚਾਹੀਦੇ ਨੇ, ਬੰਦਾ ਕਦੀ ਹਾਰ ਨਹੀਂ ਮੰਨਦਾ। ਬਾਈ ਜੀ ਹੁਣੀ ਵੀ ਆਏ ਸੀ, ਬਾਈ ਨਾਲ ਗੱਲ ਕਰਦੇ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਜੀ, ਠੀਕ ਠਾਕ ਹੋ? ਸਭ ਵਧੀਆ, ਕਿਰਪਾ ਵੇ ਗੁਰੂ ਜੀ ਦੀ। ਬਾਪੂ ਜੀ ਹੁਣਾਂ ਦੇ ਸੈਟਅਪ ਬਾਰੇ ਤੁਹਾਡਾ ਕੀ ਖਿਆਲ ਹੈ? ਇੱਕ ਇਹਨਾਂ ਬੀੜਾ ਚੁੱਕਿਆ ਵੀ ਨੌਜਵਾਨਾਂ ਨੂੰ ਇੱਥੇ ਰੁਜ਼ਗਾਰ ਦੇਣਾ ਅਤੇ ਇੱਥੇ ਹੀ ਆਪਾਂ ਸਿਹਤਮੰਦ ਕਰਨਾ, ਇੱਥੇ ਹੀ ਸਾਰਾ ਕੁਝ ਕਰਨਾ ਪੰਜਾਬ ਦੇ ਵਿੱਚ ਰਹਿ ਕੇ? ਸਰ ਦੇਖੋ, ਜੋ ਉਪਰਾਲੇ ਹੈਗੇ ਆ ਇਹ ਯੋਧਿਆਂ ਦੇ ਕੰਮ ਹੁੰਦੇ ਗਿਆ ਕਿ ਇੱਕ ਯੂਥ ਨੂੰ ਚੰਗੀ ਡਾਇਰੈਕਸ਼ਨ ਦੇਣਾ। ਐਨਰਜੀ ਬਹੁਤ ਹੈਗੀ ਯੂਥ ਦੇ ਵਿੱਚ, ਬਟ ਸਹੀ ਟਾਈਮ 'ਤੇ ਚੰਗੀ ਗਾਈਡੈਂਸ ਨਾ ਮਿਲ ਪਾਉਣਾ, ਉਹਦੇ ਕਾਰਨ ਜਿਹੜੇ ਨਤੀਜੇ ਭੁਗਤਣੇ ਪੈਂਦੇ ਕਿ ਬੱਚਿਆਂ ਦਾ ਗਲਤ ਆਦਤਾਂ ਦਾ ਸ਼ਿਕਾਰ ਹੋ ਜਾਣਾ ਜੀ। ਤਾਂ ਇਹ ਇੱਕ ਸਮਾਜ ਨੂੰ ਚੰਗੀ ਸੇਝ ਦੇਣ ਦਾ ਜਿਹੜਾ ਕੰਮ ਕਰ ਰਹੇ ਬਾਪੂ ਜੀ, ਜਿੱਦਾਂ ਕਿ ਇਹ ਫੂਡ ਦੀ ਗੱਲ ਕਰ ਰਹੇ ਹਾਂ, ਮਾਤਾ ਮਾਨ ਕੌਰ ਜੀ ਬਾਰੇ ਤੁਸੀਂ ਸੁਣਿਆ ਹੋਵੇਗਾ, ਆਪਣੇ ਏਸ਼ੀਆ ਔਰ ਓਲੰਪਿਕ ਲੈਵਲ 'ਤੇ ਜਿਹੜੇ ਉਹਨਾਂ ਨੇ ਵੈਟਰਨ ਦੇ ਵਿੱਚ ਕਾਫੀ ਮੈਡਲ ਲਿੱਤੇ ਹੈਗੇ ਆ। ਔਰ ਇਹ ਜਿਹੜਾ ਫੂਡ ਹੈਗਾ, ਔਰ ਜਿਹਦੀ ਅਗਰ ਹੈਲਥ 'ਤੇ ਗੱਲ ਕਰੀਏ ਆਪਾਂ, ਨੋਰਮਲੀ ਅਗਰ ਗੱਲ ਕਰੀਏ, ਇਹ ਬਹੁਤ ਹੀ ਬੈਨੀਫਿਸ਼ੀਅਲ। ਮੈਂ ਯੋਗਾ ਦੀ ਫੀਲਡ ਤੋਂ ਹਾਂ, ਖੁਦ ਯੋਗਾ ਟੀਚਰ ਹਾਂ ਔਰ ਕੋਚ ਹਾਂ। ਅਸੀਂ ਆਪਣੇ ਪੇਸ਼ੈਂਟਸ ਨੂੰ ਰੈਫਰ ਕਰਦੇ ਹਾਂ ਇੱਥੇ, ਔਰ ਜਿਨ੍ਹਾਂ ਨੇ ਵੀ ਇਹ ਲਿੱਤਾ ਹੈਗਾ, ਚਾਹੇ ਵੀਟ ਗ੍ਰਾਸ ਦੀ ਗੱਲ ਕਰਦੇ ਹੈਗੇ ਆਪਾਂ, ਚਾਹੇ ਆਪਾਂ ਕੇਫਰ ਦੀ ਗੱਲ ਕਰਦੇ ਹੈਗੇ ਹਾਂ, ਜਿਹੜੇ ਕੰਬੀਨੇਸ਼ਨ ਬਣਾ ਕੇ ਦਿੰਦੇ ਆ। ਹੋਰ ਵੀ ਇਹਨਾਂ ਦੇ ਕੋਲ ਜਿਹੜੇ ਹੈਲਥ ਦੇ ਉੱਪਰ ਗੱਲ ਕਰੀਏ ਆਪਾਂ, ਜੇ ਆਟਾ ਹੈਗਾ ਆਪਾਂ, ਸਲੋ ਪ੍ਰੋਸੈਸ ਦੇ ਨਾਲ ਉਹਨੂੰ ਬਣਾ ਕੇ ਇੱਥੇ ਆਮ ਪਬਲਿਕ ਨੂੰ ਸਰਵ ਕੀਤਾ ਜਾਂਦਾ ਆ, ਔਰ ਬਹੁਤ ਜੈਨੂਅਨ ਪ੍ਰਾਈਸ ਦੇ ਉੱਪਰ। ਆਮ ਆਪਾਂ ਮਾਰਕੀਟ ਦੇ ਵਿੱਚ ਜਾਂਦੇ ਹੈਗੇ ਹਾਂ ਤਾਂ ਆਪਾਂ ਨੂੰ ਬਹੁਤ ਮਹਿੰਗੀਆਂ ਚੀਜ਼ਾਂ ਮਿਲਦੀਆਂ ਹੈਗੀਆਂ, ਔਰ ਪਿਓਰਿਟੀ ਦਾ ਫਿਰ ਵੀ ਕੋਈ ਆਪਾਂ ਉਹਦੇ 'ਤੇ ਇਹ ਨਹੀਂ ਕਹਿ ਸਕਦੇ ਕਿ ਯਕੀਨ ਗਰੰਟੀ ਨਹੀਂ ਹੈ, ਬਟ ਇਹਨਾਂ ਦੇ ਕੋਲ ਜਿਹੜੀ ਚੀਜ਼ ਤੁਹਾਨੂੰ ਮਿਲੂਗੀ, ਚੀਜ਼ ਬਿਲਕੁਲ ਪਿਓਰ ਮਿਲੂਗੀ ਤੁਹਾਨੂੰ, ਪੂਰੀ ਗਰੰਟੀ ਦੇ ਨਾਲ ਮਿਲੂਗੀ ਚੀਜ਼, ਔਰ ਉਹ ਯੂਜ਼ ਕੀਤੀ ਹੋਏਗੀ ਪਹਿਲਾਂ ਇਹਨਾਂ ਨੇ, ਐਕਸਪੈਰੀਮੈਂਟ ਜਿੱਦਾਂ ਕੀਤੇ ਹੁੰਦੇ ਕਿ ਇਹਦੇ ਹੈਲਥ ਬੈਨੀਫਿਟਸ ਕੀ ਹੈਗੇ, ਕਿਸੇ ਨੂੰ ਸਾਈਡ ਇਫੈਕਟ ਤਾਂ ਨਹੀਂ ਹੈਗਾ, ਉਹ ਚੀਜ਼ਾਂ ਸਾਰੀਆਂ ਕਲੀਅਰ ਕਰਨ ਤੋਂ ਬਾਅਦ ਹੀ ਅੱਗੇ ਸੁਜੈਸਟ ਕੀਤੀਆਂ ਜਾਂਦੀਆਂ। ਔਰ ਤੁਸੀਂ ਜੇ ਇਹਨਾਂ ਦੀ ਵੀ ਗੱਲ ਕਰੋ ਤਾਂ ਇਹ ਵੀ ਇੰਡੀਆ ਲੈਵਲ 'ਤੇ, ਇੰਟਰਨੈਸ਼ਨਲ ਲੈਵਲ 'ਤੇ ਆਪਣੇ ਜਿਹੜੇ ਕਿਰਦਾਰ ਨੂੰ ਬਹੁਤ ਖੂਬੀ ਨਿਭਾ ਰਹੇ ਹੈਗੇ ਆ, ਇੱਕ ਚੰਗੇ ਐਥਲੀਟ ਹੈਗੇ ਆ, ਅਤੇ ਇਹਨਾਂ ਨੇ ਵੀ ਕਾਫੀ ਮੈਡਲ ਲਿੱਤੇ ਹੈਗੇ ਆ। ਔਰ ਸਾਇੰਟੀਫਿਕਲੀ ਇਹਨਾਂ ਨੂੰ ਤੁਸੀਂ ਜੇ ਪੁੱਛੋਗੇ ਸਵਾਲ ਤਾਂ ਤੁਹਾਨੂੰ ਦੱਸਣਗੇ ਕਿ ਇਹ ਸਾਇੰਟੀਫਿਕਲੀ ਇਹ ਕਿੱਦਾਂ ਚੀਜ਼ ਬੈਨੀਫਿਸ਼ੀਅਲ ਹੈਗੀ ਆਪਣੇ ਲਈ। ਜਿੱਦਾਂ ਤੁਸੀਂ ਇਹਨਾਂ ਨੂੰ ਕੀਫਰ ਬਾਰੇ ਪੁੱਛੋਗੇ, ਤੁਹਾਨੂੰ ਦੱਸਣਗੇ ਪ੍ਰੋਪਰ ਪ੍ਰੋਬਾਇਓਟਿਕਸ ਕੀ ਹੁੰਦੇ ਗਏ, ਉਹਨਾਂ ਦੇ ਕੀ ਬੈਨੀਫਿਟਸ ਹੈਗੇ, ਔਰ ਕਿਹੜੇ ਕਿਹੜੇ ਪ੍ਰੋਡਕਟਸ ਤੋਂ ਆਪਾਂ ਨੂੰ ਮਿਲਦੇ ਗਏ ਆ। ਇੰਨੀ ਨੌਲੇਜ ਦੇਖੋ ਇੱਕ ਆਮ ਬੰਦੇ ਨੂੰ ਨਹੀਂ ਹੁੰਦੀ, ਨਹੀਂ ਹੁੰਦੀ ਬਿਲਕੁਲ ਨਹੀਂ, ਤਾਂ ਉਹ ਨੌਲੇਜ ਇੰਨੀ ਰੱਖਣਾ ਔਰ ਉਹ ਨੌਲੇਜ ਨੂੰ ਸਮਾਜ ਦੇ ਵਿੱਚ ਵੰਡਣਾ ਅੱਗੇ, ਔਰ ਬੱਚਿਆਂ ਨੂੰ ਨਾਲ ਜੋੜਨਾ ਔਰ ਯੂਥ ਨੂੰ ਕੰਮ ਦੇਣਾ, ਇਹ ਉਪਰਾਲਾ ਜਿਹੜਾ ਹੈਗਾ ਬਹੁਤ ਘੱਟ ਬੰਦੇ ਕਰ ਸਕਦੇ ਹੈਗੇ ਆ, ਉਹ ਇਹ ਕਰ ਰਹੇ ਹੈਗੇ ਆ, ਤਾਂ ਇਹ ਖੁਸ਼ੀ ਦੇ ਪਾਤਰ ਹੈਗੇ ਹਾਂ ਆਪਾਂ, ਔਰ ਇਹਨਾਂ ਨੂੰ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ, ਕਿਉਂਕਿ ਮੈਂ ਪਿਛਲੇ 3-4 ਮਹੀਨੇ ਤੋਂ ਇਹ ਲੈ ਰਿਹਾ, ਜੁੜਿਆ ਤਾਂ ਮੈਂ ਬਹੁਤ ਦੇਰ ਦਾ ਰਿਹਾ ਇਹਨਾਂ ਨਾਲ, ਬਟ ਸਾਡੀ ਇੱਕ ਮੀਟਿੰਗ ਹੋਈ ਸੀ ਉੱਥੇ ਇਹਨਾਂ ਨੇ ਇੰਟਰੋਡਿਊਸ ਕੀਤਾ, ਤਾਂ ਮੈਂ ਉਹਦੇ ਬਾਰੇ ਥੋੜ੍ਹੀ ਰਿਸਰਚ ਕੀਤੀ। ਦੇਖੋ ਆਪਾਂ ਨੋਰਮਲ ਦਹੀਂ ਲੈਂਦੇ ਗਏ ਹਾਂ ਜੀ, ਦਹੀਂ ਤੋਂ ਕੁਛ ਰਿਸਰਚ ਕਹਿੰਦੀਆਂ ਹੈਗੀਆਂ ਕਿ 50 ਗੁਣਾ ਵੱਧ ਬੈਨੀਫਿਸ਼ੀਅਲ ਹੈਗੇ ਆ, ਜਿਹੜੇ ਗੁੱਡ ਬੈਕਟੀਰੀਆਜ਼ ਦੀ ਜਿਹੜੀ ਗਿਣਤੀ ਹੈਗੀ, ਕੁਛ ਕਹਿੰਦੇ ਕਿ 250 ਗੁਣਾ, ਜੇ ਆਪਾਂ 1 ਕੱਪ ਲੈਂਦੇ ਹੈਗੇ ਆ ਦਹੀਂ ਦਾ, ਕੁਛ ਰਿਸਰਚ ਕਹਿੰਦੀਆਂ ਹੈਗੀਆਂ ਨੇ ਜੇ 50 ਕੱਪ ਦਹੀਂ ਦੇ ਤੁਸੀਂ ਖਾ ਰਹੇ ਹੋਗੇ ਤਾਂ ਜੇ 1 ਕੱਪ ਇਹਦਾ ਲੈ ਰਹੇ ਹੋ ਤਾਂ 1 ਬਰਾਬਰ ਹੈਗਾ। ਕੁਛ ਕਹਿੰਦੀ ਹੈ ਕਿ 250 ਦੇ ਲਗਭਗ ਤੁਸੀਂ ਜੇ ਦਹੀਂ ਦੇ ਕੱਪ ਲੈਂਦੇ ਹੈਗੇ ਹੋ ਔਰ 1 ਕੀਫਰ ਦਾ 1 ਕੱਪ ਲੈਂਦੇ ਹੈਗੇ ਹੋ ਤਾਂ ਕਈ ਗੁਣਾ ਬੈਨੀਫਿਸ਼ੀਅਲ ਹੈ। ਔਰ ਜਿਹੜਾ ਇਹ ਪ੍ਰੋਡਕਟ ਤੁਹਾਨੂੰ ਨਾਲ ਕੰਬੀਨੇਸ਼ਨ ਬਣਾ ਕੇ ਦੇ ਰਹੇ ਹੈਗੇ ਗੰਨੇ ਦਾ ਰਸ, ਔਰ ਤੁਸੀਂ ਦੇਖਿਆ ਹੋਣਾ 1 ਵਾਰੀ ਗੰਨੇ ਦਾ ਜਿਹੜਾ ਇਹਦੇ ਵਿੱਚ ਪਾਣੀ ਨਿਕਲ ਗਿਆ, ਦੁਬਾਰਾ ਉਹਨੂੰ ਯੂਜ਼ ਨਹੀਂ ਕਰਨਗੇ, ਔਰ ਇਹਨਾਂ ਦੇ ਹੱਥ 'ਤੇ ਤੁਸੀਂ ਦੇਖੋ ਗਲਵਸ ਚੜੇ ਹੋਏ ਗਿਆ। ਹਾਈਜੀਨਿਕਲੀ ਜਿਹੜੀ ਆਪਾਂ ਨੋਰਮਲੀ ਗਰਮੀਆਂ ਦੇ ਵਿੱਚ ਆਪਾਂ ਨੂੰ ਦਿੱਕਤ ਹੁੰਦੀ ਹੈ ਕਿ ਹਾਈਜੀਨਿਕ ਯਾਨੀ ਕਿ ਇੱਕ ਪਿਓਰ ਚੀਜ਼ ਔਰ ਸਹੀ ਫੋਰਮ ਦੇ ਵਿੱਚ ਮਿਲਣਾ, ਉਹ ਹਰ ਇੱਕ ਥਾਂ 'ਤੇ ਨਹੀਂ ਮਿਲਦੀ ਕਿ ਆਪਾਂ ਦੇਖਿਆ ਗਿਆ। ਆਪਾਂ ਨਿੰਦਾ ਨਹੀਂ ਕਰਾਂਗੇ ਕਿਸੇ ਵੀ ਬਰਾਦਰੀ ਦੀ ਜਾਂ ਕਿਸੇ ਵੀ ਜਾਤ ਦੀ, ਤੁਸੀਂ ਜਾਓਗੇ ਕਿਤੇ ਵੀ, ਆਪਣੇ ਉਹ ਸੱਜਣ ਮਿੱਤਰ ਆਪਣੇ ਹੀ ਭਰਾ ਹੈਗੇ ਆ, ਉਹ ਗੁਟਕਾ ਖਾ ਰਹੇ ਆ, ਤੰਬਾਕੂ ਖਾ ਰਹੇ ਆ, ਜਰਦਾ ਲਾ ਰਹੇ ਹੈਗੇ ਆ,
ਇਹ ਸਿੱਖੀ ਸਰੂਪ ਹੈ। ਦੇਖੋ ਤੁਸੀਂ ਦੋਨੋਂ ਬਾਬਾ ਜੀ ਔਰ ਜਿਹੜੇ ਭਾਈ ਸਾਹਿਬ ਖੜ੍ਹੇ ਹੈ ਹੱਥਾਂ 'ਤੇ ਗਲਵਜ਼ ਚੜ੍ਹੇ ਹੋਏ ਹੈ, ਤਾਂ ਮੈਂ ਕਹਾਂਗਾ ਕਿ ਇਸ ਚੀਜ਼ ਨੂੰ ਉਪਰਾਲਾ ਦੇਣਾ ਚਾਹੀਦਾ ਹੈਗਾ। ਆਪਾਂ ਨੂੰ ਸਾਫ਼ ਸੁਥਰੀ ਚੀਜ਼ ਮਿਲ ਰਹੀ ਹੈ, ਬਿਲਕੁਲ ਚੰਗੇ ਲੈਵਲ 'ਤੇ ਮਿਲ ਰਹੀ ਹੈ, ਔਰ ਇਹਨਾਂ ਦੇ ਬਹੁਤ ਵਧੀਆ ਪਲਾਨ ਹੈਗੇ ਆ। ਗਵਰਨਮੈਂਟ ਦੇ ਨਾਲ ਵੀ ਅੱਗੇ ਬੈਠ ਕੇ ਮੀਟਿੰਗਸ ਕਰ ਰਹੇ ਹੈਗੇ ਕਿ ਸਾਨੂੰ ਸਹੀ ਪਲੈਟਫਾਰਮ ਦਿੱਤੇ ਜਾਣ ਤਾਂ ਕਿ ਅਸੀਂ ਬੱਚਿਆਂ ਨੂੰ ਰੁਜ਼ਗਾਰ ਦਈਏ। ਔਰ ਇੱਕ ਚੀਜ਼ ਹੋਰ ਦੱਸ ਦਿਆਂ ਮੈਂ, ਸਕਿਪ ਹੋ ਰਹੀ ਸੀਗੀ, ਜਿੰਨੇ ਵੀ ਇਹਨਾਂ ਦੇ ਕੋਲ ਬੱਚੇ ਹੈਗੇ ਐਥਲੀਟ ਹੈਗੇ ਆ ਚੰਗੇ ਲੈਵਲ 'ਤੇ, ਨੈਸ਼ਨਲ ਲੈਵਲ 'ਤੇ ਉਹ ਵਧੀਆ ਰਿਪ੍ਰਜੈਂਟ ਕਰ ਰਹੇ ਹੈਗੇ ਆ, ਸਟੇਟ ਦੇ ਵਿੱਚ ਉਹ ਰਿਕਾਰਡ ਹੋਲਡਰ ਵੀ ਹੈਗੇ ਆ, ਉਹ ਬੱਚੇ ਹੀ ਕਿਰਤ ਕਰਦੇ ਹੈਗੇ ਆ, ਔਰ ਉਹ ਬੱਚਿਆਂ ਦੇ ਇਕਨੋਮਿਕਲੀ ਬੈਕਗਰਾਊਂਡ ਇੰਨਾ ਚੰਗਾ ਨਹੀਂ ਹੈਗਾ। ਦੇਖੋ ਉਹ ਬੱਚਿਆਂ ਨੂੰ ਇੱਥੋਂ ਹੀ ਲਗਨ ਪੈ ਰਹੀ ਹੈ ਕੰਮ ਕਰਨ ਦੀ, ਕਿਰਤ ਕਰਨ ਦੀ। ਉਹ ਬੱਚੇ ਆਪਣਾ ਕੰਮ ਕਰਦੇ ਹੈਗੇ ਆ ਔਰ ਆਪਣਾ ਕਮਾਉਂਦੇ, ਆਪਣਾ ਡਾਈਟ ਖਾਂਦੇ ਹੈਗੇ ਆ, ਉਹ ਜਿਹੜਾ ਸਾਰਾ ਸ਼੍ਰੇ ਹੈਗਾ ਇਹ ਬਜ਼ੁਰਗਾਂ ਨੂੰ ਜਾਂਦਾ ਆ, ਇਹਨਾਂ ਦੀ ਉਪਰਾਲਾ ਹੈਗਾ ਆ। ਤਾਂ ਦੇਖੋ ਕਿੰਨੀਆਂ ਚੀਜ਼ਾਂ ਇੱਕ ਚੇਨ ਬਣਾ ਕੇ ਸਾਰੀਆਂ ਚੀਜ਼ਾਂ ਨੂੰ ਕੋਆਰਡੀਨੇਟ ਕਰਕੇ ਚੱਲ ਰਹੇ ਹੈਗੇ ਆ। ਤਾਂ ਇੱਥੇ ਆਪਣੇ ਪਰਿਵਾਰ ਲਈ, ਆਪਣੇ ਲਈ ਸੋਚਣ 'ਤੇ ਆਪਾਂ ਬੈਠੇ ਹੋਏ ਹਾਂ ਹਮੇਸ਼ਾ, ਬਟ ਮੈਨੂੰ ਲੱਗਦਾ ਹੈ ਕਿ ਜੇ ਇੱਦਾਂ ਦੀ ਕੋਸ਼ਿਸ਼ ਹੀ ਕੀਤੀ ਜਾ ਰਹੀ ਹੈਗੀ ਹੈ, ਇੱਕ ਚੇਨ ਬਣਾ ਕੇ ਉਹ ਸੁਸਾਇਟੀ ਦੇ ਵੀ ਸੋਚ ਰਹੇ ਆ, ਉਹ ਬੱਚਿਆਂ ਲਈ ਵੀ ਸੋਚ ਰਹੇ ਹੈਗੇ ਆ, ਇੱਕ ਇਨਕਮ ਵੀ ਜਨਰੇਟ ਕਰ ਰਹੇ ਹੈਗੇ, ਚੰਗੀ ਚੀਜ਼ ਮਿਲ ਰਹੀ ਹੈ ਔਰ ਚੰਗੇ ਲੈਵਲ 'ਤੇ ਮਿਲ ਰਹੀ ਹੈ ਔਰ ਜੈਨੂਇਨ ਪ੍ਰਾਈਸ 'ਤੇ ਮਿਲ ਰਹੀ ਹੈ। ਤਾਂ ਮੈਨੂੰ ਲੱਗਦਾ ਆਪਾਂ ਨੂੰ ਜੁੜਨਾ ਚਾਹੀਦਾ ਹੈ ਵੱਧ ਤੋਂ ਵੱਧ ਇਹਨਾਂ ਚੀਜ਼ਾਂ ਦੇ ਨਾਲ, ਔਰ ਹੋਰਾਂ ਲੋਕਾਂ ਨੂੰ ਵੀ ਅਵੇਅਰ ਕਰਨਾ ਚਾਹੀਦਾ ਹੈ, ਕਿਉਂਕਿ ਇਹਦੇ ਸਾਈਡ ਇਫੈਕਟ ਹੈ ਨਹੀਂ ਗੇ ਕੋਈ। ਬਿਲਕੁਲ, ਜੇ ਕਿਸੇ ਨੂੰ ਨਹੀਂ ਚੀਜ਼ ਉਹ ਸੂਟ ਕਰਦੀ ਗੀ ਜਾਂ ਜਿੱਦਾਂ ਆਪਣੀ ਤਸੀਰ ਹੁੰਦੀ ਹੈ ਵਾਤ ਪਿੱਤ ਕਫ ਦੇ ਅਕੋਰਡਿੰਗ, ਉਹ ਵੀ ਪ੍ਰੋਪਰ ਗਾਈਡ ਕਰਦੇ ਹੈਗੇ ਕਿ ਤੁਹਾਨੂੰ ਇਹ ਚੀਜ਼ ਲੈਣੀ ਚਾਹੀਦੀ ਹੈਗੀ ਹੈ, ਇਹ ਤੋਂ ਹਟ ਕੇ ਵੀ ਮਤਲਬ ਆਪਾਂ ਨੂੰ ਫਿਜ਼ੀਕਲ ਲੈਵਲ 'ਤੇ ਜਾਂ ਮੈਂਟਲ ਲੈਵਲ 'ਤੇ ਕਿਸੇ ਚੀਜ਼ ਦੀ ਲੋੜ ਹੁੰਦੀ ਹੈਗੀ, ਗਾਈਡੈਂਸ ਐਂਡ ਕਾਊਂਸਲਿੰਗ, ਉਹ ਵੀ ਪ੍ਰੋਪਰ ਗਾਈਡ ਕਰਦੇ ਹੈਗੇ ਆ, ਔਰ ਕਦੋਂ ਕਿੱਥੇ ਕਿਹੜੀ ਚੀਜ਼ ਲੈਣੀ ਚਾਹੀਦੀ ਹੈਗੀ। ਹੈਲਥ ਦੇ ਉੱਪਰ ਤਾਂ ਤੁਸੀਂ ਕਹਿ ਲਓ ਕਿ ਬਹੁਤ ਕੰਮ ਕਰ ਰਹੇ ਹੈਗੇ ਆ, ਮੈਂ ਦੇਖਦਾ ਇਹਨਾਂ ਨੇ ਪਰਚੇ ਵੀ ਰੱਖੇ ਹੋਏ ਇੱਥੇ, ਪੈਂਪਲੇਟ ਰੱਖੇ ਹੋਏ ਆਉਂਦੇ ਹੈਗੇ ਆ, ਜਦੋਂ ਜੂਸ ਦਿੰਦੇ ਹੈਗੇ ਨਾਲ ਜਾਂ ਕੀਫਰ ਦਿੰਦੇ ਹੈਗੇ ਆ, ਉਹਨਾਂ ਨਾਲ ਦਿੰਦੇ ਹੈਗੇ ਆ ਕਿ ਤੁਸੀਂ ਪੜ੍ਹੋ, ਸਟੱਡੀ ਕਰੋ ਇਹਨਾਂ ਚੀਜ਼ਾਂ ਦੇ ਉੱਪਰ, ਤਾਂ ਕਿ ਤੁਹਾਨੂੰ ਪਤਾ ਚੱਲੇ ਤੁਸੀਂ ਅੱਗੇ ਕਿਸੇ ਨੂੰ ਗਾਈਡ ਕਰ ਸਕੋ। ਬਿਲਕੁਲ, ਕਿਉਂਕਿ ਜੇ ਇਹਨਾਂ ਨੂੰ ਨੌਲੇਜ ਹੋਏਗੀ, ਜਿਹੜੇ ਇਹਨਾਂ ਕੋਲ ਮੈਂਬਰ ਆਣਗੇ ਤਾਂ ਉਹ ਅੱਗੇ ਨੂੰ ਗਾਈਡ ਕਰਨਗੇ, ਦੇਖੋ ਗਿਆਨ ਤਾਂ ਬਿਨਾਂ ਕੁਛ ਹੈ ਨਹੀਂ ਗਾ, ਤਾਂ ਉਹ ਕਹਿ ਲਓ ਕਿ ਗੁਰੂ ਬਿਨਾਂ ਗਿਆਨ ਨਹੀਂ ਹੈਗਾ ਨਾ, ਜਿਵੇਂ ਸ਼ਾਹ ਬਿਨਾਂ ਪਤ ਨਹੀਂ ਹੈਗੀ, ਗੁਰੂ ਬਿਨਾਂ ਗਤ ਨਹੀਂ, ਉਹ ਸਾਰੇ ਕੰਮ ਇਕੱਠੇ ਕਰੀ ਜਾਂਦੇ ਹੈਗੇ ਆ। ਬਿਲਕੁਲ ਜੀ, ਅਤੇ ਤੁਸੀਂ ਦੇਖਿਆ ਜੀ ਭਾਈ ਸਾਹਿਬ ਹੁਣਾਂ ਨੇ ਵੀ ਇਸ ਬਾਰੇ ਜਾਣਕਾਰੀ ਦਿੱਤੀ ਆ, ਅਤੇ ਹੁਣ ਆਪਾਂ ਚੱਲਦੇ ਹਾਂ ਉੱਧਰਲੇ ਪਾਸੇ ਅਤੇ ਦਿਖਾਉਣੇ ਨਾਲੇ ਤੁਹਾਨੂੰ ਤਾਂ ਆਓ ਕਰਦੇ ਹਾਂ ਗੱਲਬਾਤ। ਇਹ ਇੱਕ ਨਿੱਕੀ ਜਿਹੀ ਕੋਸ਼ਿਸ਼ ਆ, ਇਹੋ ਜਿਹੀਆਂ ਬਹੁਤ ਕੋਸ਼ਿਸ਼ਾਂ ਪੰਜਾਬ ਦੇ ਵਿੱਚ ਹੋ ਸਕਦੀਆਂ ਨੇ। ਵੈਸੇ ਜੇਕਰ ਆਮ ਤੌਰ 'ਤੇ ਗੱਲ ਕਰੀਏ ਤਾਂ ਹੁਣ ਪੰਜਾਬ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਬਹੁਤ ਅੱਗੇ ਵੱਧ ਰਹੀ ਆ, ਲਗਾਤਾਰ ਆਪਣੇ ਸੈਟਅਪ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਤੁਹਾਨੂੰ ਵੱਖੋ ਵੱਖ ਸ਼ਹਿਰਾਂ ਦੇ ਵਿੱਚ ਕੋਈ ਨਾ ਕੋਈ ਕੰਮ ਕਰਦੀਆਂ ਨਜ਼ਰ ਆਉਣਗੀਆਂ, ਕਿ ਜਿੱਦਾਂ ਪਹਿਲਾਂ ਕਹਿੰਦੇ ਹੁੰਦੇ ਵੀ ਲੈ ਉਹ ਰੇਹੜੀ ਲਾਉਣਗੇ ਜਾਂ ਇੱਦਾਂ ਕਰਨਗੇ, ਉਹ ਗੱਲਾਂ ਖਤਮ ਹੋ ਗਈਆਂ ਨੇ। ਹੁਣ ਬਹੁਤ ਸਾਰਾ ਨੌਜਵਾਨ ਵਰਗ ਜਿਹੜਾ ਆ ਇੱਧਰਲੇ ਪਾਸੇ ਨੂੰ ਹੋ ਤੁਰਿਆ ਵੀ ਮਿਹਨਤ ਕਰਨੀ ਆ, ਬਾਹਰ ਜਾ ਕੇ ਵੀ ਕਰਨੀ ਆ ਅਤੇ ਇੱਥੇ ਵੀ ਕਰ ਲਈਏ ਤਾਂ ਸ਼ਾਇਦ ਪਰਮਾਤਮਾ ਭਾਗ ਲਾ ਦੇਵੇ। ਇਸੇ ਆਸ ਅਤੇ ਉਮੀਦ ਨਾਲ ਨੌਜਵਾਨ ਵਰਗ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਅਤੇ ਅੱਜ ਦੀ ਸਾਡੀ ਇਹ ਖਾਸ ਗੱਲਬਾਤ ਬਾਪੂ ਗੁਰਦੇਵ ਸਿੰਘ ਮਾਨ ਉਹਨਾਂ ਦੇ ਨਾਲ ਸੀਗੀ। ਬਾਪੂ ਜੀ, ਬਾਈ ਕਹਿੰਦੇ ਵੀ ਮੇਰਾ ਹੌਸਲਾ ਬਹੁਤ ਵਧਾ ਦਿੱਤਾ ਤੁਸੀਂ। ਮੈਂ ਤਾਂ ਇਹਨੂੰ ਇਹੀ ਕਹਿੰਦਾ ਵੀ ਤੂੰ ਹੌਸਲਾ, ਤੂੰ ਇਹ ਏਸ਼ੀਆ ਨਾ ਦੇਖ, ਤੂੰ ਓਲੰਪਿਕ ਜਾਏਗਾ, ਕਿਉਂਕਿ ਸਿਹਤ ਚੰਗੀ ਇਹਦੀ। ਹੁਣ ਜੇ ਖਾਣਾ ਪੀਣਾ ਇੰਨਾ ਵਧੀਆ ਮਿਲ ਰਿਹਾ, ਇਹਨੂੰ ਕੋਈ ਜੋ ਮਰਜ਼ੀ, ਇਹਦੀ ਮਰਜ਼ੀ ਹੈ ਕੀ ਖਾਣਾ ਕੀ ਨਹੀਂ ਖਾਣਾ। ਤਿੰਨ ਤਰ੍ਹਾਂ ਦੇ ਜੂਸ ਅਸੀਂ ਸਵੇਰੇ ਦੁਪਹਿਰੇ ਸ਼ਾਮ ਦਿੰਦੇ ਹਾਂ, ਅਨਾਰ ਦਾ ਅੰਦਾ ਅਨਾਰ ਦੇ ਦੇਈਦਾ, ਅਤੇ ਚੈਰੀ ਦਾ ਵੀ, ਚੈਰੀ ਵੀ ਅਸੀਂ ਲੈ ਕੇ ਆਉਂਦੇ। ਹਾਲਾਂਕਿ ਇੰਨੀਆਂ ਮਹਿੰਗੀਆਂ ਚੀਜ਼ਾਂ ਨੇ, ਤਾਂ ਹੀ 10,000 ਰੁਪਇਆ ਪਰ ਇੱਕ ਬੱਚੇ 'ਤੇ ਖਰਚ ਆ ਰਿਹਾ। ਸੋ ਇਹ ਚੀਜ਼ਾਂ ਇਹਨਾਂ ਨੂੰ ਸਪੋਰਟ ਕਰਨਗੀਆਂ, ਇਹ ਜਿੰਨੇ ਵੀ ਬੱਚੇ ਨੇ, ਮੈਨੂੰ ਉਮੀਦ ਹੈ ਵੀ ਸਾਰੇ ਬੱਚੇ ਵਧੀਆ ਕਰਨਗੇ। ਹੁਣ ਇੱਕ ਜਿਹੜਾ 21 ਕਿਲੋਮੀਟਰ ਕਿਤੇ 1 ਘੰਟਾ 13 ਮਿੰਟ 'ਚ ਉਹਨੇ ਕੀਤੀ ਹੈ। ਨਿਊਯਾਰਕ ਪਿਛਲੇ ਸਾਲ ਜਿਹੜਾ ਫਸਟ ਆਇਆ ਉਹ 1 ਘੰਟਾ 18 ਮਿੰਟ 'ਚ ਕੀਤਾ ਸੀ ਉਹਨੇ, ਅਤੇ ਹੁਣ ਨਿਊਯਾਰਕ ਤੋਂ ਮੈਨੂੰ ਔਫਰ ਆਈ ਹੈ, ਡਾਕਟਰ ਟੀਨਾ ਇੱਥੇ ਦੇ ਚੰਡੀਗੜ੍ਹ ਦੇ ਨੇ, ਉਹ ਕਹਿੰਦੇ ਵੀ ਬੱਚੇ ਨੂੰ ਸਾਡੇ ਕੋਲ ਭੇਜੋ। ਤੋ ਇਹਦੀ ਮਦਰ ਦੀ, ਉਹਦੀ ਮਦਰ ਦੀ ਪ੍ਰੋਬਲਮ ਸੀ, ਮਦਰ ਕਿਤੇ ਛੱਡ ਛੁੱਟ ਕੇ ਚਲੀ ਗਈ ਸੀ, ਅਤੇ ਉਸ ਕਰਕੇ ਉਹਦਾ ਪਾਸਪੋਰਟ ਨਹੀਂ, ਅੰਡਰ 18 ਹੈ ਉਹ,
ਅਗਲੇ ਸਾਲ ਹੁਣ 18 ਦਾ ਹੋ ਜਾਏਗਾ, ਹੁਣ ਅਗਲੇ ਸਾਲ ਨਿਊਯਾਰਕ ਭੇਜਾਂਗੇ। ਅੱਜ ਅਸੀਂ ਇਹ ਕਹਿ ਸਕਦੇ ਹਾਂ ਵੀ ਅੱਜ ਅਸੀਂ ਇਹਨਾਂ ਬੱਚਿਆਂ ਦੇ ਨਾਲ ਅੱਜ ਇੰਟਰਵਿਊ ਕੀਤੀ, ਅਗਲੇ ਇੰਟਰਵਿਊ ਗੋਲਡ ਆਉਣ ਤੋਂ ਬਾਅਦ ਕਰਾਂਗੇ। ਬਿਲਕੁਲ ਬਿਲਕੁਲ ਬਿਲਕੁਲ। ਸੋ ਅਤੇ ਅਸੀਂ ਅਤੇ ਬਾਪੂ ਜੀ ਇਹੀ ਅਪੀਲ ਕਰ ਰਹੇ ਨੇ ਔਰ ਇਹੀ ਬੇਨਤੀ ਕਰ ਰਹੇ ਨੇ ਕਿ ਇਹੋ ਜਿਹੀਆਂ ਚੀਜ਼ਾਂ ਨੂੰ ਸਪੋਰਟ ਕਰੋ, ਚੰਗਾ ਖਾਓ, ਸਿਹਤਮੰਦ ਰਹੋ, ਸਿਹਤ ਬਣਾਓ ਅਤੇ ਖੇਡਾਂ ਦੇ ਵਿੱਚ ਮੱਲਾਂ ਮਾਰੋ। ਐਂ ਕੋਈ ਵੀ ਬੰਦਾ ਜਿਹੜਾ ਹੈ ਸਿਹਤ ਬਾਰੇ ਅੱਗੇ ਗਿਆਨ ਲੈਣਾ ਚਾਹੁੰਦਾ ਜਾਂ ਪ੍ਰੈਕਟੀਕਲ ਦੇਖਣਾ, ਸੀ ਪ੍ਰੈਕਟੀਕਲ ਹਰ ਜਗ੍ਹਾ 'ਤੇ ਪੰਜਾਬ ਯੂਨੀਵਰਸਿਟੀ, ਮੈਂ ਸੋਸ਼ਲੋਜੀ ਡਿਪਾਰਟਮੈਂਟ ਨੇ ਮੈਨੂੰ ਬੁਲਾਇਆ ਸੀਗਾ, ਉੱਥੇ ਮੈਂ ਲੈਕਚਰ ਵੀ ਦਿੱਤਾ। ਉਹ ਸਾਰੇ ਉੱਥੇ ਮੇਰੇ ਕੋਲ ਪ੍ਰੈਕਟੀਕਲ ਦੇਖਣਾ ਵੀ ਰੋਟੀ ਬਣਦੀ ਕਿਵੇਂ ਹੈ, ਹੈਂ ਕੀ ਫਿਰ ਕਿਵੇਂ ਕਰਦੇ ਹਾਂ ਅਤੇ ਬੋਨ ਬਰੋਥ ਕਿਵੇਂ ਤਿਆਰ, ਸਾਰਾ ਕੁਝ ਅਸੀਂ ਦੱਸਦੇ ਹਾਂ ਤਾਂ ਕਿ ਲੋਕਾਂ ਦੀ ਸਿਹਤ ਚੰਗੀ ਹੋਵੇ। ਹੁਣ ਚੰਡੀਗੜ੍ਹ ਦੇ ਵਿੱਚ ਘੱਟੋ ਘੱਟ 40% ਜਿਹੜਾ ਉਹ ਮੋਟਾਪਾ ਦਾ ਸ਼ਿਕਾਰ ਨੇ। ਮੈਂ ਚੰਡੀਗੜ੍ਹ ਦੇ ਐਡਮਿਨਿਸਟ੍ਰੇਸ਼ਨ ਆਪਣੇ ਜਿਹੜੇ ਹੈਗੇ ਸਿਟਕੋ ਵਾਲੇ ਨੇ, ਉਹਨਾਂ ਨੂੰ ਗਿਆ, ਕਿਹਾ ਸੀ ਮੈਨੂੰ ਲੇਕ 'ਤੇ ਦਿਓ ਜਗ੍ਹਾ ਅਤੇ ਮੈਂ ਉੱਥੇ 5 ਸਾਈਕਲ ਜਿਹੜੇ 75,000 ਦਾ ਇੱਕ ਸਾਈਕਲ ਆਉਂਦਾ, 5 ਸਾਈਕਲ ਉੱਥੇ ਫ੍ਰੀ ਲੋਕਾਂ ਨੂੰ ਗਾਈਡ, 3 ਘੰਟੇ ਸਵੇਰੇ 3 ਘੰਟੇ ਸ਼ਾਮ ਨੂੰ ਪ੍ਰੈਕਟੀਕਲ ਕਰਾਵਾਂਗਾ। 6 ਮਹੀਨੇ ਬਾਅਦ ਤੁਸੀਂ ਚੈੱਕ ਕਰੋ ਵੀ ਕਿੰਨੇ ਬੰਦਿਆਂ ਨੂੰ ਬੈਨੀਫਿਟ ਹੋਇਆ। ਪਰ ਹੁਣ ਉਹ ਸਿਟਕੋ ਵਾਲੇ ਕਹਿੰਦੇ ਵੀ ਅਸੀਂ ਚੈਰਿਟੀ ਵਾਲਾ ਕੰਮ ਨਹੀਂ ਕਰ ਸਕਦੇ, ਅਤੇ ਜੇ ਤੁਸੀਂ ਕਰਨਾ ਹੈ ਤਾਂ ਉੱਥੇ ਕੋਈ ਸਟਾਲ ਲੈ ਲਓ। ਅਤੇ ਉਹ ਹੁਣ ਦੇਖੋ ਮੈਂ ਇੰਨਾ 3 ਲੱਖ ਰੁਪਇਆ ਮਹੀਨਾ ਕਿੱਥੋਂ ਦਊਂਗਾ, ਹੈ ਤਾਂ ਉਹ ਸਟਾ ਅਸੀਂ ਚਾਹੁੰਦੇ ਹਾਂ ਵੀ ਲੋਕਾਂ ਦੀ ਸਿਹਤ ਚੰਗੀ। ਹੁਣ ਉਹ ਸਾਈਕਲ ਜਿਹੜੇ ਮੈਂ ਹੁਣ 11 ਸੈਕਟਰ ਗੁਰਦੁਆਰੇ ਦੇ ਵਿੱਚ 5 ਸਾਈਕਲ ਉੱਥੇ ਰੱਖੇ ਨੇ, ਉੱਥੇ ਕੋਈ ਵੀ ਜਾ ਸਕਦਾ, ਫ੍ਰੀ ਟ੍ਰੇਨਿੰਗ ਕਰ ਸਕਦਾ। ਠੀਕ ਹੈ, ਤਾਂ ਇਹ ਸਨ ਬਾਪੂ ਜੀ ਹੋਣਾ ਦੇ ਉਪਰਾਲੇ। ਔਰ ਸਾਡੀ ਕੋਸ਼ਿਸ਼ ਹੁੰਦੀ ਆ ਕਿ ਜਦੋਂ ਸਮਾਜ ਨੂੰ ਸੁਧਾਰਨ ਦੀ ਗੱਲ ਆਵੇ ਜਾਂ ਸਮਾਜ ਦੇ ਵਿੱਚ ਕੋਈ ਚੰਗਾ ਕੰਮ ਹੁੰਦਾ ਹੋਵੇ ਤਾਂ ਉਹਨੂੰ ਸਮਾਜ ਤੱਕ ਪਹੁੰਚਾਉਣਾ ਸਾਡੀ ਡਿਊਟੀ ਆ, ਉਹ ਅਸੀਂ ਅੱਜ ਨਿਭਾਈ ਆ। ਔਰ ਆਸ ਅਤੇ ਉਮੀਦ ਕਰਦੇ ਹਾਂ ਹੋਰ ਵੀ ਅਜਿਹੀਆਂ ਜਿਹੜੀਆਂ ਖਾਸ ਅਜਿਹੇ ਉਪਰਾਲੇ ਨੇ ਉਹਨਾਂ ਤੱਕ ਅਸੀਂ ਹਮੇਸ਼ਾ ਪਹੁੰਚ ਕਰ ਸਕੀਏ ਔਰ ਤੁਹਾਡੇ ਤੱਕ ਪਹੁੰਚਾ ਸਕੀਏ। ਇਹ ਸੀ ਸਾਡੀ ਅੱਜ ਦੀ ਖਾਸ ਰਿਪੋਰਟ, ਕੈਮਰਾਮੈਨ ਗਗਨ ਦੇ ਨਾਲ ਮੈਨੂੰ ਪਰਮ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੈਲੀਵਿਜ਼ਨ, ਤੁਹਾਡਾ ਆਪਣਾ, ਤੁਹਾਡੇ ਲਈ।